असली आवाज रेडियो वॉइस ऑफ खालसा ते मैं सुरेंद्र सिंह हाजर हां जी। प्रोग्राम लैके दीवे दी लो। अज दीवे दी लो प्रोग्राम दे विच असीं सिख जेनोसाइड बारे गल करांगे, पर उस तों पहलां मैं तुहानूं सारिआं नूं दस दिआं कि इस वेले पंजाब दे विच अमृतसर दे समें दे मुताबिक घड़ियां ते रात ते सही 8 बज के 33 मिंट हो रहे ने। अज असीं गलबात करांगे कैनेडा दे ओंटारियो सूबे दी स्टेट असैम्बली वालों 7 अप्रैल 2017 नूं एक मता पास करके नवंबर 1984 दे भारत दे दिल्ली समेत वख-वख शहरां दे विच सिख विरोधी कतलेआम नूं सिख नसलकुशी सिख जेनोसाइड करार दिते जाण बारे जिहड़ा मता है उहदे ते विचार वटांदरा करांगे। सो तुहाडा सारिआं दा स्वागत है अज दे इस प्रोग्राम दीवे दी लो विच। असीं गल शुरू करदे हां ओंटारियो स्टेट असैम्बली वालों सिख जेनोसाइड बारे मता जो 7 अप्रैल 2017 नूं ओंटारियो स्टेट दी पार्लीमेंट मैंबर हरिंदर मल्ली ने पेश किया। हरिंदर मल्ली ने बहुत भावपूर्त शब्दां दे विच इह मता पेश करके इस नूं पास करवाया ते इह अपने आप दे विच इक वड्डी गल होने बढ़दी है। जदों भारत दे विच 33 सालां बाद भी सिखां नूं इंसाफ ना मिलिया होवे, भारत दे विच 33 सालां बाद भी सिख अदालतां दे चक्कर लगाउण लई मजबूर होए होण, जिथे सिखां नूं कुट्टिया भी गया, लुट्टिया भी गया, उहनां दीआं धीआं भैणां दी बेपत्ती भी कीती गई, अते उहनां नूं जिउंदिआं गलां दे विच टायर पा के साड़िया गया। इह जिहड़ा कतलोगारत दा कतलेआम दा सिलसिला सी इक योजनाबद्ध ढंग दे नाल योजना दे तहत कीता गया सी तां कि पंजाब तों बाहर वसदा कोई भी सिख जिहड़ा है ओह जिउंदा ना रहे, ते जेकर उहनां दीआं औरतां दे बच्चे जन्म लैण तां ਉਹ ਜਿਹੜੇ ਹਿੰਦੂ ਨੇ ਉਥੋਂ ਦੇ ਜਾਂ ਹਿੰਦੂਵਾਦੀ ਜਿਹੜੇ ਗੁੰਡਾ ਅਨਸਰ ਨੇ ਉਹਨਾਂ ਵੱਲੋਂ ਜੋ ਬਲਾਤਕਾਰ ਕੀਤੇ ਗਏ, ਸੋ ਉਹਨਾਂ ਦੇ ਹੀ ਬੱਚੇ ਅੱਗੇ ਜਨਮ ਲੈਣ ਸਿੱਖਾਂ ਦੀਆਂ ਔਰਤਾਂ ਤੋਂ। ਇਸੇ ਕੜੀ ਦੇ ਤਹਿਤ 4500 ਤੋਂ ਵੱਧ ਗੈਰ ਅਧਿਕਾਰਕ ਹਲਕਿਆਂ ਦੇ ਮੁਤਾਬਕ ਅਸੀਂ ਗੱਲ ਕਰ ਰਹੇ ਹਾਂ, 4500 ਤੋਂ ਵੱਧ ਸਿੱਖਾਂ ਦੀਆਂ ਬੀਬੀਆਂ ਦੇ ਨਾਲ ਬਲਾਤਕਾਰ ਹੋਏ, 10,000 ਤੋਂ ਵੱਧ ਸਿੱਖ ਨੌਜਵਾਨ ਬੱਚੇ ਬਜ਼ੁਰਗ ਕਤਲ ਹੋਏ। ਇਹ ਇੱਕ ਅਜਿਹੀ ਯੋਜਨਾਬੱਧ ਢੰਗ ਦੇ ਨਾਲ ਕੀਤੀ ਗਈ ਨਸਲਕੁਸ਼ੀ ਸੀ ਜਿਹੜੀ ਹਾਲਾਂਕਿ ਜਿਹਦੇ ਬਾਰੇ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਗੱਲ ਕੀਤੀ ਸੀ ਕਿ ਇਹ ਜੂਨ 1984 ਦੇ ਵਿੱਚ ਹੀ ਬਣਾਈ ਗਈ ਇੱਕ ਯੋਜਨਾ ਸੀ, ਪਰ ਇਸ ਨੂੰ ਕੌਮਾਂਤਰੀ ਮੀਡੀਆ ਵੱਲੋਂ ਜੂਨ 1984 ਦੇ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਓਪਰੇਸ਼ਨ ਵੁਡਰੋ ਦੇ ਸਾਹਮਣੇ ਆ ਜਾਣ ਦੇ ਕਾਰਨ ਇਸ ਨੂੰ ਟਾਲਣਾ ਪਿਆ। ਪਰ ਇਹ ਜਿਹੜੀਆਂ ਘਟਨਾਵਾਂ ਸਨ ਬਲਾਤਕਾਰ ਦੀਆਂ ਕਤਲੇਆਮ ਦੀਆਂ, ਇਹਨਾਂ ਨੂੰ ਜੂਨ 1984 ਦੇ ਵਿੱਚ ਹੀ ਭਾਰਤ ਵੱਲੋਂ ਅੰਜਾਮ ਦਿੱਤਾ ਜਾਣਾ ਸੀ ਭਾਰਤੀ ਸਟੇਟ ਵੱਲੋਂ। ਸੋ ਕਿਸੇ ਗੱਲ ਕਰਕੇ ਇਹ ਕਤਲੇਆਮ ਟਾਲ ਦਿੱਤਾ ਗਿਆ, ਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਹੁਣ ਇਸ ਨੂੰ ਅੰਜਾਮ ਦਿੱਤਾ ਜਾ ਸਕਦਾ। ਸੋ ਹਰਿੰਦਰ ਮੱਲੀ ਨੇ ਇਹ ਮਤਾ ਪੇਸ਼ ਕੀਤਾ ਜਿਵੇਂ ਹੀ, ਤਾਂ ਐਸੀ ਜਾਣਕਾਰੀ ਜਦੋਂ ਭਾਰਤੀ ਮੀਡੀਆ ਨੂੰ ਲੱਗੀ ਤਾਂ ਇਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਗੱਲ, ਕਿਉਂਕਿ ਜੋ ਦੁਸ਼ਮਣ ਤਾਕਤ ਹੈ ਉਹ ਦੁਸ਼ਮਣ ਤਾਕਤ ਹੈ, ਤੇ ਦੁਸ਼ਮਣ ਨੇ ਆਪਣੇ ਪੱਧਰ ਦੇ ਉੱਤੇ ਇਸ ਨੂੰ ਜਿਸ ਤਰੀਕੇ ਨਾਲ ਨਿੰਦਣਾ ਸੀ, ਭੱਡਣਾ ਸੀ, ਜਿਸ ਤਰੀਕੇ ਨਾਲ ਬਚਾਅ ਪੱਖ ਧਾਰਨ ਕਰਨਾ ਸੀ, ਉਹਨਾਂ ਨੇ ਹਰ ਹਿੱਲਾ ਵਰਤਿਆ। ਪਿਛਲੇ 33 ਸਾਲਾਂ ਤੋਂ ਲਗਾਤਾਰ ਭਾਰਤ ਵੱਲੋਂ ਜਿਸ ਤਰੀਕੇ ਨਾਲ ਕੌਮਾਂਤਰੀ ਪੱਧਰ ਦੇ ਉੱਤੇ ਸਿੱਖਾਂ ਵੱਲੋਂ ਜੋ ਵੀ ਆਵਾਜ਼ ਜਾਂ ਜੋ ਆਪਣੀ ਚੀਸ ਹੈ ਦਿਲ ਦੀ ਉਸ ਨੂੰ ਪੇਸ਼ ਕਰਨ ਦੀ ਜੋ ਕੋਸ਼ਿਸ਼ ਕੀਤੀ ਗਈ ਹੈ,
ਉਸ ਨੂੰ ਇਹ ਵੱਖਵਾਦੀ ਅੱਤਵਾਦੀ ਵਿਚਾਰਧਾਰਾ ਦੇ ਨਾਲ ਜੋੜ ਕੇ ਪੇਸ਼ ਕਰਦੇ ਰਹੇ ਨੇ। ਸਿੱਖਾਂ ਵੱਲੋਂ ਕਿਤੇ ਵੀ ਆਪਣੇ ਜ਼ਖਮ ਦੀ ਪੀੜ ਹੈ ਜੋ ਉਸ ਦੀ ਜਿਹੜੀ ਆਵਾਜ਼ ਹੈ ਦੂਰ ਤੱਕ ਨਹੀਂ ਗਈ ਨਾ ਜਾਣ ਦਿੱਤੀ ਗਈ। ਇਹਦੇ ਲਈ ਕੌਮਾਂਤਰੀ ਪੱਧਰ ਦੇ ਉੱਤੇ ਭਾਰਤ ਦਾ ਪ੍ਰਚਾਰ, ਮਨੁੱਖੀ ਹੱਕਾਂ ਦਾ ਮੁਦਈ ਹੋਣ ਦਾ ਜੋ ਝੂਠਾ ਪ੍ਰਚਾਰ, ਝੂਠ ਦਾ ਪੁਲੰਦਾ ਕੀਤਾ ਜਾਂਦਾ ਤੇ ਇੱਕ ਲੌਬਿੰਗ ਕੀਤੀ ਜਾਂਦੀ ਹੈ ਕੌਮਾਂਤਰੀ ਪੱਧਰ ਦੇ ਉੱਤੇ, ਤਾਂ ਉਹ ਅਸੀਂ ਦੇਖਦੇ ਹਾਂ ਕਿ ਇਸ ਤਰੀਕੇ ਨਾਲ ਉਹਨਾਂ ਨੇ ਸਿੱਖਾਂ ਦੀ ਆਵਾਜ਼ ਨੂੰ ਕੌਮਾਂਤਰੀ ਪੱਧਰ ਦੇ ਉੱਤੇ ਦਬਾਇਆ। ਪਰ ਉਹੀ ਗੱਲ ਹੈ ਕਿ ਜਦੋਂ ਵੀ ਅਸੀਂ ਫਲਸਤੀਨ ਤੇ ਇਜ਼ਰਾਈਲ ਦੀ ਲੜਾਈ ਦੀ ਗੱਲ ਕਰਦੇ ਹਾਂ, ਜਦੋਂ ਜਦੋਂ ਅਸੀਂ ਯਹੂਦੀਆਂ ਦੇ ਮੁਲਕ ਇਜ਼ਰਾਈਲ ਦੀ ਗੱਲ ਕਰਦੇ ਹਾਂ, ਉਹਨਾਂ ਦੀ ਸਥਾਪਤੀ ਦੀ ਗੱਲ ਕਰਦੇ ਹਾਂ, ਜਦੋਂ ਜਦੋਂ ਵੀ ਅਸੀਂ ਹੋਲੋਕਾਸਟ ਦੀ ਗੱਲ ਕਰਦੇ ਹਾਂ ਜਰਮਨੀ ਦੇ ਵਿੱਚ, ਤਾਂ ਨਿਰਸੰਦੇਹ ਸਾਡੇ ਸਾਹਮਣੇ ਅਜਿਹੀ ਗੱਲ ਆਉਂਦੀ ਹੈ ਕਿ ਸਿੱਖਾਂ ਦੀ ਕੌਮਾਂਤਰੀ ਪੱਧਰ ਤੇ ਗੱਲ ਸੁਣਨ ਵਾਲਾ ਨਾ ਤਾਂ ਕੋਈ ਮੁਲਕ ਹੈ ਅਤੇ ਨਾ ਹੀ ਕੋਈ ਜਥੇਬੰਦੀ ਹੈ। ਪਰ ਓਨਟਾਰੀਓ ਦੇ ਸੂਬੇ ਵੱਲੋਂ ਸਟੇਟ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਕੇ ਇਹ ਗੱਲ ਲਗਭਗ ਸਾਬਤ ਕਰ ਦਿੱਤੀ ਗਈ ਹੈ ਕਿ ਹੁਣ ਭਾਰਤ ਦਾ ਜਿਹੜਾ ਭੰਡੀ ਪ੍ਰਚਾਰ ਹੈ ਸਿੱਖਾਂ ਦੇ ਖਿਲਾਫ ਉਹ ਜ਼ਿਆਦਾ ਦੇਰ ਹੈ ਜਿਹੜਾ ਨਹੀਂ ਚੱਲੇਗਾ। ਭਾਰਤ ਵੱਲੋਂ ਜਿਹੜਾ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ ਉਹ ਸਟੇਟ ਦੀ ਜੋ ਮਸ਼ੀਨਰੀ ਹੈ ਕੌਮਾਂਤਰੀ ਪੱਧਰ ਤੇ ਜੋ ਸਥਾਪਿਤ ਕੀਤੀ ਸਟੇਟ ਵੱਲੋਂ ਉਹਦੇ ਤਹਿਤ ਅਤੇ ਜੋ ਸਟੇਟ ਦੇ ਖਰੀਦੇ ਹੋਏ ਲੀਡਰ ਨੇ ਉਹਨਾਂ ਵੱਲੋਂ ਜੋ ਗੱਲਬਾਤ ਕੀਤੀ ਜਾਂਦੀ ਹੈ ਉਹਦਾ ਜਿਹੜਾ ਅਸਰ ਹੈ ਉਹਨੇ ਤਾਂ ਕੰਮ ਕਰਨਾ ਹੀ ਹੈ, ਆਪਣੇ ਪੱਧਰ ਦੇ ਉੱਤੇ ਕਰਨਾ। ਪਰ ਜਿਸ ਤਰੀਕੇ ਨਾਲ ਜਗਮੀਤ ਸਿੰਘ ਪਾਰਲੀਮੈਂਟ ਮੈਂਬਰ ਓਨਟਾਰੀਓ ਦੇ ਅਤੇ ਬੀਬੀ ਹਰਿੰਦਰ ਮੱਲੀ ਨੇ ਇਸ ਕਾਜ ਨੂੰ ਆਪਣੇ ਹੱਥਾਂ ਦੇ ਵਿੱਚ ਲਿਆ, ਜਿਸ ਤਰੀਕੇ ਨਾਲ ਇਹਨਾਂ ਦੋਵਾਂ ਨੇ, ਵੀਰ ਜਗਮੀਤ ਸਿੰਘ ਨੇ ਤੇ ਭੈਣ ਹਰਿੰਦਰ ਮੱਲੀ ਨੇ ਇਸ ਨੂੰ ਪੇਸ਼ ਕੀਤਾ, ਉਹ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਲਈ ਬਾਕੀ ਦੇ ਮੁਲਕਾਂ ਦੇ ਲਈ, ਬਾਕੀ ਦੀਆਂ ਸਟੇਟ ਅਸੈਂਬਲੀਆਂ ਦੇ ਲਈ ਇੱਕ ਪਥ ਪ੍ਰਦਰਸ਼ਕ ਬਣੇਗਾ, ਇੱਕ ਰਾਹ ਦਿਖਾਏਗਾ ਬਾਕੀਆਂ ਨੂੰ ਵੀ ਕਿ ਇੱਕ ਜਿਸ ਕੌਮ ਨੂੰ ਲੁੱਟਿਆ ਗਿਆ, ਜਿਸ ਕੌਮ ਨੂੰ ਕੁੱਟਿਆ ਗਿਆ, ਜਿਸ ਕੌਮ ਨੂੰ ਪੂਰੇ ਤਰੀਕੇ ਨਾਲ ਤਸ਼ੱਦਦ ਦੇ ਦੌਰ ਦੇ ਵਿੱਚੋਂ ਲੰਘਣ ਲਈ ਮਜ਼ਬੂਰ ਕੀਤਾ ਗਿਆ, ਉਹ ਕੌਮ ਦੀ ਗੱਲ ਜਿਹੜੀ ਹੈ ਉਹ ਸੁਣੀ ਜਾਣੀ ਚਾਹੀਦੀ ਹੈ, ਉਹ ਕੌਮ ਦੀ ਜਿਹੜੀ ਗੱਲ ਹੈ ਉਸਨੂੰ ਵਿਆਪਕ ਪੱਧਰ ਦੇ ਉੱਤੇ, ਵਿਸ਼ਵ ਪੱਧਰ ਦੇ ਉੱਤੇ ਉਸਨੂੰ ਲੈ ਕੇ ਜਾਣਾ ਚਾਹੀਦਾ। ਇਹ ਗੱਲ ਬਿਲਕੁਲ ਉਸ ਸਮੇਂ ਹੁੰਦੀ ਹੈ ਜਦੋਂ ਕੌਮਾਂਤਰੀ ਪੱਧਰ ਤੇ ਜਿਹੜੇ ਹਾਲਾਤ ਨੇ, ਖਾਸ ਕਰਕੇ ਭਾਰਤ ਦੇ ਜਿਹੜੇ ਹਾਲਾਤ ਨੇ, ਉਹ ਬਦਲਣੇ ਸ਼ੁਰੂ ਹੋਏ ਨੇ। ਭਾਰਤ ਦੇ ਵਿੱਚ ਹਾਲਾਤ ਇਸ ਵੇਲੇ ਇਸ ਕਦਰ ਜਿਹੜੇ ਹੈ ਨੇ ਬਦਲੇ ਨੇ ਕਿ ਯੂਪੀ ਦੇ ਵਿੱਚ ਯੋਗੀ ਆਦਿੱਤਿਆਨਾਥ ਦਾ ਉਭਾਰ, ਕੇਜਰੀਵਾਲ ਦਾ ਉਭਾਰ, ਉਹਨੂੰ ਭਾਰਤ ਦਾ ਉਭਾਰ ਹੀ ਅਸੀਂ ਭਾਰਤ ਦੇ ਵਿੱਚ ਹਿੰਦੂਵਾਦ ਦਾ ਉਭਾਰ ਵਜੋਂ ਦੇਖਦੇ ਹਾਂ, ਕਿਉਂਕਿ ਯੂਪੀ ਉਹ ਸਟੇਟ ਹੈ ਜਿੱਥੇ ਬਾਬਰੀ ਮਸਜਿਦ ਨੂੰ ਢਾਇਆ ਗਿਆ। ਯੂਪੀ ਉਹ ਸਟੇਟ ਹੈ ਭਾਰਤ ਦੀ ਜਿੱਥੇ ਮੁਸਲਮਾਨ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਪਾਇਆ ਜਾਂਦਾ ਹੈ। ਯੂਪੀ ਉਹ ਸਟੇਟ ਉੱਤਰ ਪ੍ਰਦੇਸ਼ ਜਿੱਥੇ ਵੱਡੀ ਗਿਣਤੀ ਦੇ ਵਿੱਚ ਦਲਿਤ ਭਾਈਚਾਰਾ ਮੌਜੂਦ ਹੈ। ਸੋ ਅਜਿਹੀ ਸਟੇਟ ਦੇ ਵਿੱਚ ਯੋਗੀ ਆਦਿੱਤਿਆਨਾਥ ਦਾ ਇੱਕ ਉਹਦੀ ਪ੍ਰੋਜੈਕਸ਼ਨ, ਉਸਨੂੰ ਮੁੱਖ ਮੰਤਰੀ ਬਣਾਇਆ ਜਾਣਾ ਤੇ ਬਾਕੀ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਅਤੇ ਹੋਰ ਜਿਹੜੀਆਂ ਦੂਜੀਆਂ ਕੌਮਾਂ ਨੇ ਜਾਂ ਦਲਿਤ ਨੇ ਉਹਨਾਂ ਨੂੰ ਸਪਸ਼ਟ ਤੌਰ ਦੇ ਉੱਤੇ ਇਹ ਸੰਕੇਤ ਦੇਣਾ ਕਿ ਹੁਣ ਭਾਰਤ ਦੇ ਵਿੱਚ ਸਿਰਫ ਹਿੰਦੂ ਬਣ ਕੇ ਰਹਿਣਾ ਹੀ ਸੁਰੱਖਿਅਤ ਹੈ, ਨਹੀਂ ਤਾਂ ਇੱਥੇ ਕੋਈ ਵੀ ਜਾਤ, ਬਰਾਦਰੀ, ਧਰਮ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਉਹਦੇ ਬਸ਼ਿੰਦੇ ਨੇ ਜਿਹੜੇ ਉਹ ਇਹ ਸੋਚ ਲੈਣ ਕਿ ਉਹਨਾਂ ਨੂੰ ਜਾਂ ਤਾਂ ਇਹ ਮੁਲਕ ਛੱਡਣਾ ਪਏਗਾ ਜਾਂ ਉਹ ਧਰਮ ਪਰਿਵਰਤਨ ਕਰਕੇ ਰਹਿਣਗੇ। ਇਹਦੇ ਨਾਲ ਹੀ ਅਸੀਂ ਬਰਾਬਰ ਦੇ ਵਿੱਚ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਜਿਹੜਾ ਉਭਾਰ ਹੈ, ਕਾਂਗਰਸ ਪਾਰਟੀ ਦੀ ਦੁਬਾਰਾ ਪ੍ਰੋਜੈਕਸ਼ਨ ਹੈ, ਕਿਉਂਕਿ ਕਾਂਗਰਸ ਪਾਰਟੀ ਬਾਰੇ ਇਹ ਮੰਨ ਲਿਆ ਗਿਆ ਸੀ ਕੇਂਦਰੀ ਏਜੰਸੀਆਂ ਵੱਲੋਂ, ਕੇਂਦਰ ਵੱਲੋਂ
ਕਿ ਪੰਜਾਬ ਦੇ ਵਿੱਚ ਕਿਉਂਕਿ ਸਿੱਖਾਂ ਦੀ ਬਹੁਤਾਤ ਹੈ, ਸਿੱਖ ਬਹੁ ਗਿਣਤੀ ਵਾਲਾ ਸੂਬਾ, ਤੇ ਬਾਦਲ ਅਕਾਲੀ ਦਲ ਲਗਾਤਾਰ ਨਵੰਬਰ 1984 ਅਤੇ ਜੂਨ 1984 ਦੇ ਵਿਸ਼ਿਆਂ ਨੂੰ ਚੋਣਾਂ ਦੇ ਵਿੱਚ ਵਰਤਦਾ ਆ ਰਿਹਾ ਤੇ ਉਹਨਾਂ ਇਹਨਾਂ ਦੋਵਾਂ ਵਿਸ਼ਿਆਂ ਨੂੰ ਲੈ ਕੇ ਲਗਾਤਾਰ ਆਪਣੀ ਰੋਟੀ ਪਕਾਉਂਦਾ ਆ ਰਿਹਾ। ਇਸ ਕਾਰਨ ਉਹਨਾਂ ਨੇ ਬਾਦਲ ਦਲ ਨੂੰ ਛੱਡ ਕੇ ਤੇ ਦੂਜੀਆਂ ਜਥੇਬੰਦੀਆਂ ਨੂੰ ਛੱਡ ਕੇ, ਸਿੱਖ ਜਥੇਬੰਦੀਆਂ ਨੂੰ ਛੱਡ ਕੇ, ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਦੇ ਹੱਥ ਵਾਗਡੋਰ ਦੇਣਾ ਬਿਹਤਰ ਸਮਝਿਆ। ਹੁਣ ਕਾਂਗਰਸ ਜਿਹੜੀ ਹੈ ਉਸ ਸਿਸਟਮ ਨੂੰ ਇਸ ਵੇਲੇ ਪੰਜਾਬ ਦੇ ਵਿੱਚ ਜ਼ਿਆਦਾ ਸੂਟ ਕਰਦੀ ਹੈ। ਅਜਿਹੇ ਮੌਕੇ ਜੋ ਦੋ ਧਾਰਾਵਾਂ ਭਾਰਤ ਦੇ ਦੋ ਵੱਖ ਵੱਖ ਸੂਬਿਆਂ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਨੇ, ਉੱਤਰ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਯੋਗੀ ਆਦਿੱਤਿਆਨਾਥ ਦੇ ਹੱਥ ਦੇਣੀ, ਸਟੇਟ ਦੀ ਜ਼ਿੰਮੇਵਾਰੀ ਉਹਦੇ ਹੱਥ ਦੇਣੀ, ਤੇ ਪੰਜਾਬ ਦੇ ਵਿੱਚ ਜਿਹੜਾ ਕਾਂਗਰਸ ਦੀ ਅਗਵਾਈ ਤੇ ਸੂਬੇ ਦੀ ਜਿਹੜੀ ਅਗਵਾਈ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਦੇਣੀ। ਇਹ ਦੋ ਦੇਖਣ ਨੂੰ ਤਾਂ ਵੱਖਰੀਆਂ ਵੱਖਰੀਆਂ ਧਾਰਾਵਾਂ ਲੱਗਦੀਆਂ ਨੇ, ਪਰ ਇਹਨਾਂ ਦੀ ਜਿਹੜੀ ਚੂਲ ਹੈ ਉਹ ਤਕਰੀਬਨ ਜਿਹੜੀ ਹੈ ਉਹ ਇੱਕ ਪਾਸੇ ਹੀ ਹੈ। ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਜੇ ਅਸੀਂ ਪਿੱਛੇ ਥੋੜਾ ਜਾਈਏ ਤਾਂ ਨਵੰਬਰ 1984 ਦਾ ਜਿਹੜਾ ਸਿੱਖ ਵਿਰੋਧੀ ਕਤਲੇਆਮ ਉਹਦੀ ਵਿਆਖਿਆ ਦੀ ਹੁਣ ਮੈਨੂੰ ਲੱਗਦਾ ਕਿ ਲੋੜ ਨਹੀਂ, ਪਰ ਜ਼ਾਲਮ ਤੇ ਮਜ਼ਲੂਮ ਧਿਰ ਦਰਮਿਆਨ ਇੱਕ ਵਖਰੇਵਾਂ ਪੈਦਾ ਕਰਨ ਦੀ ਲੋੜ ਅੱਜ ਵੀ ਹੈ, ਉਦੋਂ ਵੀ ਸੀ। ਇਹ ਵਖਰੇਵਾਂ ਪੈਦਾ ਕਰ ਸਕਦੇ ਹਾਂ ਰਾਜੀਵ ਗਾਂਧੀ ਤੇ ਕਾਂਗਰਸ ਪਾਰਟੀ ਦੀ ਰਵਾਇਤੀ ਜਿਹੜੀ ਚਾਲ ਚੱਲਣ ਸੀ ਉਸ ਵੇਲੇ ਦਾ, ਜੋ ਉਹਨਾਂ ਦਾ ਵਿਹਾਰ ਸੀ ਸਿੱਖਾਂ ਦੇ ਪ੍ਰਤੀ, ਉਹ ਕਰਨ ਤੋਂ ਬਾਅਦ ਜਿਹੜਾ ਸਾਰਾ ਕਾਰਜ ਹੈ ਉਹ ਸਾਡੇ ਸਾਹਮਣੇ ਆਉਂਦਾ। ਉਹ ਕਤਲੇਆਮ ਜਿਹੜਾ ਹੋਇਆ ਉਹਦੇ ਚ ਪੰਜਾਬ ਤੋਂ ਫਰਲੇ ਸਿੱਖਾਂ ਨੂੰ ਅਸੀਂ ਇੱਕ ਵੱਖਰੀ ਨਜ਼ਰ ਨਾਲ, ਇੱਕ ਵੱਖਰੇ ਮਾਪਦੰਡ ਨਾਲ ਦੇਖਣਾ ਸ਼ੁਰੂ ਕਰਦੇ ਹਾਂ। ਪੰਜਾਬ ਤੋਂ ਬਾਹਰ ਜਿੰਨੇ ਵੀ ਸਿੱਖ ਨੇ ਉਹਨਾਂ ਨੇ ਆਪਣੇ ਆਪ ਨੂੰ ਹਮੇਸ਼ਾ ਲਈ ਜਿੱਥੋਂ ਦੇ ਉਹ ਰਹਿਣ ਵਾਲੇ ਸਨ ਉੱਥੋਂ ਦੀ ਮਿੱਟੀ ਨਾਲ ਜੋੜ ਕੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸੀ। ਦਿੱਲੀ ਚ ਰਹਿੰਦੇ ਸਨ ਜਿਹੜੇ ਸਿੱਖ, ਉਹ ਆਪਣੇ ਆਪ ਨੂੰ ਪੱਕਾ ਦਿੱਲੀ ਦਾ ਤੇ ਭਾਰਤ ਵਾਸੀ ਮਹਿਸੂਸ ਕਰਦੇ ਸਨ। ਜਿਹੜੇ ਯੂਪੀ ਦੇ ਵਿੱਚ, ਕਾਨਪੁਰ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਜਾਂ ਮੱਧ ਪ੍ਰਦੇਸ਼ ਦੇ ਵਿੱਚ ਸਿੱਖ ਰਹਿੰਦੇ ਸਨ ਉਹਨਾਂ ਨੇ ਆਪਣੇ ਆਪ ਨੂੰ ਉੱਥੋਂ ਦੀ ਮਿੱਟੀ ਨਾਲ ਜੋੜਿਆ ਸੀ। ਇਹ ਗੱਲ ਵੱਖਰੀ ਹੈ, ਸਿਆਸੀ ਤੌਰ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਉੱਥੋਂ ਦੀ ਮਿੱਟੀ ਨਾਲ ਜੋੜਿਆ ਸੀ, ਪਰ ਉਹ ਧਾਰਮਿਕ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ ਵੱਲ ਹੀ ਦੇਖਦੇ ਸਨ ਸ਼ੁਰੂ ਤੋਂ। ਸੋ ਇਸ ਲਈ ਇਹ ਗੱਲ ਨੂੰ ਬਹੁਤ ਧਿਆਨ ਦੇ ਵਿੱਚ ਰੱਖਣਾ ਬਣਦਾ ਹੈ, ਭਾਵੇਂ ਉਹ ਉਹਨਾਂ ਚ ਦੌਲਤਮੰਦ ਅਮੀਰ ਸਿੱਖ ਸੀ ਤੇ ਭਾਵੇਂ ਗਰੀਬ ਸਿੱਖ, ਭਾਵੇਂ ਉਹ ਕਾਂਗਰਸੀ ਸਿੱਖ ਸੀ, ਭਾਵੇਂ ਉਹ ਅਕਾਲੀ ਸਿੱਖ ਸੀ, ਭਾਵੇਂ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਸਿੱਖ ਸੀ ਜਾਂ ਕੋਈ ਵੀ ਸੀ, ਉਹਨੇ ਰਾਜਨੀਤਿਕ ਤੌਰ ਤੇ ਭਾਵੇਂ ਉੱਥੋਂ ਦੀ ਮਿੱਟੀ ਨਾਲ ਜੁੜ ਕੇ ਉੱਥੋਂ ਦੇ ਜਿਹੜੇ ਰਾਜਨੀਤੀਵਾਨ ਸਨ ਉਹਨਾਂ ਵੱਲ ਦੇਖਿਆ, ਪਰ ਧਾਰਮਿਕ ਤੌਰ ਤੇ ਉਹਨਾਂ ਨੇ ਹਮੇਸ਼ਾ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਦੇਖਿਆ, ਸ੍ਰੀ ਅਨੰਦਪੁਰ ਸਾਹਿਬ ਵੱਲ ਦੇਖਿਆ, ਸ੍ਰੀ ਦਮਦਮਾ ਸਾਹਿਬ ਵੱਲ ਦੇਖਿਆ, ਤੇ ਇਹ ਅਸੀਂ ਉਹਨਾਂ ਦੀ ਜਿਹੜੀ ਮਾਨਸਿਕਤਾ ਸੀ ਸਿੱਖਾਂ ਦੀ ਉਸਨੂੰ ਅਸੀਂ ਭਾਵੇਂ ਸਾਨੂੰ ਸਮਝਣ ਲਈ ਦੇਰ ਲੱਗੀ, ਪਰ ਦੁਸ਼ਮਣ ਨੂੰ ਇਹ ਮਾਨਸਿਕਤਾ ਸਮਝਣ ਦੇ ਲਈ ਉਹਨਾਂ ਨੇ ਲਗਾਤਾਰ ਸਟੱਡੀ ਉਹਦੇ ਤੇ ਕਰ ਰਹੇ ਸਨ, ਉਸ ਮਾਨਸਿਕਤਾ ਨੂੰ ਸਮਝਣ ਦੇ ਲਈ। ਸੋ ਜਦੋਂ ਉਹਨਾਂ ਨੂੰ ਇਹ ਗੱਲ ਪੱਕ ਹੋ ਗਈ ਕਿ ਇਹ ਸਿੱਖ ਨੂੰ ਰਾਜਨੀਤਿਕ ਤੌਰ ਦੇ ਉੱਤੇ ਇੱਥੋਂ ਤੋੜਨਾ ਤੇ ਧਾਰਮਿਕ ਤੌਰ ਦੇ ਉੱਤੇ ਅੰਮ੍ਰਿਤਸਰ ਸਾਹਿਬ ਨਾਲੋਂ ਤੋੜਨਾ ਉਹਨਾਂ ਦੀ ਵੱਡੀ ਉਹਨਾਂ ਦੇ ਸਾਹਮਣੇ ਚੁਣੌਤੀ ਸੀ। ਸੋ ਇਹ ਚੁਣੌਤੀ ਉਹਨਾਂ ਦੇ ਲਈ ਉਦੋਂ ਤੱਕ ਲਈ ਜਿਹੜੀ ਸਾਹਮਣੇ ਖੜੀ ਸੀ, ਉਹਨਾਂ ਨੂੰ ਦਿਖਾ ਰਹੀ ਸੀ, ਚੈਲੰਜ ਕਰ ਰਹੀ ਸੀ, ਜਦੋਂ ਤੱਕ ਸਿੱਖ ਦੀ ਜਿਹੜੀ ਪਹਿਚਾਣ ਹੈ ਉਹ ਉਹਨਾਂ ਦੇ ਸਾਹਮਣੇ ਖੜੀ ਸੀ, ਜਦੋਂ ਤੱਕ ਸਿੱਖ ਦੀ ਪੱਗ, ਜਦੋਂ ਤੱਕ ਸਿੱਖ ਦੇ ਹੱਥ ਚ ਕੜਾ, ਜਦੋਂ ਤੱਕ ਸਿੱਖ ਦੇ ਚਿਹਰੇ ਦੇ ਉੱਤੇ ਦਾੜਾ ਮੁੱਛਾਂ ਦਾ ਪਹਿਰਾਵਾ, ਜਦੋਂ ਤੱਕ ਉਸਦੇ ਗਲ ਚ ਕਿਰਪਾਨ, ਇਹ ਜਦੋਂ ਤੱਕ ਚੀਜ਼ਾਂ ਦਿਖਾਈ ਦਿੰਦੀਆਂ ਨੇ ਉਦੋਂ ਤੱਕ ਲਈ ਉਹ ਚੁਣੌਤੀ ਹੈ ਉਹਦੇ ਸਾਹਮਣੇ ਅੱਖਾਂ ਕੱਢਦੀ ਖੜੀ ਹੋ ਗਈ।
ਸੋ ਇਹ ਚੁਣੌਤੀ ਲਈ ਤੇ ਵੱਖ ਵੱਖ ਜਿਹੜੀਆਂ ਮਾਨਸਿਕਤਾਵਾਂ ਨੂੰ ਤੋੜਨ ਦੇ ਲਈ ਇਹ ਸਾਰੀ ਜਿਹੜੀ ਕਤਲੇਆਮ ਦੀ ਕਹਾਣੀ ਆ, ਨਸਲਕੁਸ਼ੀ ਆ ਜਿਹੜੀ, ਇਸ ਨੂੰ ਉਹਦੇ ਲਈ ਕੀਤਾ ਜਾਣਾ ਬਹੁਤ ਜ਼ਰੂਰੀ ਹੋ ਗਿਆ। ਸੋ ਇਹ ਫਿਰ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਉਹ ਚਿੱਟਾ ਪਾਊਡਰ ਸਾਰੇ ਘਰਾਂ ਦੇ ਵਿੱਚ ਵੰਡਿਆ ਗਿਆ, ਕਿਸ ਤਰੀਕੇ ਨਾਲ ਜਿਹੜੀਆਂ ਸਨ ਵੋਟਰ ਲਿਸਟਾਂ ਤੋਂ ਪਹਿਚਾਣ ਪਹਿਚਾਣ ਕੇ ਘਰਾਂ ਤੇ ਨਿਸ਼ਾਨੀਆਂ ਲਾਈਆਂ ਗਈਆਂ, ਇਹ ਸਾਰਾ ਕੁਛ ਵਾਰ ਵਾਰ ਦੱਸਣ ਦੀ ਲੋੜ ਸੀ ਤੇ ਇਹ ਸਾਰਾ ਕੁਛ ਆਪਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ। ਸੋ ਦਿੱਲੀ, ਮੁੰਬਈ, ਕਾਨਪੁਰ ਜਿਹੜੇ ਵੱਡੇ ਵੱਡੇ ਸ਼ਹਿਰ, ਉਹਨਾਂ ਦੇ ਸਿੱਖਾਂ ਨੂੰ ਦੇ ਕਤਲੇਆਮ ਨੂੰ ਇੱਕ ਪ੍ਰਤੀਕਰਮ ਦੇ ਤੌਰ ਦੇ ਉੱਤੇ, ਇੰਦਰਾ ਗਾਂਧੀ ਦੇ ਕਤਲ ਦੇ ਪ੍ਰਤੀਕਰਮ ਦੇ ਤੌਰ ਦੇ ਉੱਤੇ ਗਰਦਾਨਿਆ। ਇਹ ਜਿਹੜਾ ਕਤਲੇਆਮ ਸੀ ਤੇ ਕਤਲੇਆਮ ਤੋਂ ਬਾਅਦ ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਮਨਾਂ ਅੰਦਰ ਇੱਕ ਕਿਸਮ ਦੀ ਜਿਹੜੀ ਸੀ ਉਹ ਦਹਿਸ਼ਤ ਪੈਦਾ ਕਰ ਦਿੱਤੀ ਗਈ। ਉਹੀ ਉਹਨਾਂ ਦਾ ਮਕਸਦ ਸੀ, ਤਾਂ ਕਿ ਜਿਹੜੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਇੱਕ ਤਾਂ ਆਪਣੀ ਪਹਿਚਾਣ ਬਦਲ ਲੈਣ, ਉਹਦਾ ਅਸਰ ਵੀ ਪਿਆ, ਬਹੁਤਿਆਂ ਨੇ ਬਦਲੀ ਵੀ। ਇਹ ਜਿਹੜੀ ਪ੍ਰਤੀਸ਼ਤ ਹੈ ਨਾ ਜਿਹੜੀ ਪਹਿਚਾਣ ਬਦਲਣ ਦੀ, ਇਹ 50% ਤੋਂ ਜ਼ਿਆਦਾ। ਸੋ ਪੰਜਾਬ ਤੋਂ ਬਾਹਰਲੇ ਸਿੱਖਾਂ ਨੇ ਉਹ ਪਹਿਚਾਣ, ਉਹਨਾਂ ਦੇ ਉਹਨਾਂ ਦੀ ਨੌਜਵਾਨ ਪੀੜ੍ਹੀ ਨੇ ਜਾਂ ਅੱਗੋਂ ਆਉਣ ਵਾਲੇ ਬੱਚਿਆਂ ਦੇ ਉਹ ਪਹਿਚਾਣ ਬਦਲੀ ਵੀ। ਹੁਣ ਜਾ ਕੇ ਉਹਦੇ ਚ ਠਹਿਰਾ ਆਇਆ, ਹੁਣ ਜਾ ਕੇ ਉਹਦੇ ਚ ਜਿਹੜਾ ਰੋਕ ਲੱਗੀ ਹੈ। ਸੋ ਇਸ ਕਿਸਮ ਦੀ ਜਿਹੜੀ ਉਹਨਾਂ ਨੇ ਸਿੱਖਾਂ ਨੂੰ ਸਪਸ਼ਟ ਤਾੜਨਾ ਕੀਤੀ ਕਿ ਉਹ ਅਜਿਹੀ ਰਾਜਨੀਤੀ ਕਰਨਗੇ, ਅਜਿਹੀ ਫਿਰਕੂ ਰਾਜਨੀਤੀ ਕਰਨਗੇ, ਇਹਦਾ ਕੌੜਾ ਸਵਾਦ ਉਹਨਾਂ ਨੂੰ ਚੱਖਣਾ ਹੀ ਪਏਗਾ। ਤੇ ਨਾਲ ਹੀ ਉਹ ਬਹੁਗਿਣਤੀ ਦੀ ਜਿਹੜੀ ਧੌਂਸਵਾਦੀ ਜਿਹੜੀ ਨਸੀਹਤ ਹੈ, ਬਹੁਗਿਣਤੀ ਨੇ ਉਹ ਉਹਨਾਂ ਨੇ ਉਸ ਦਿਖਾਵਾ ਕੀਤਾ। ਜਦੋਂ ਸਿੱਖ ਲੁੱਟੇ ਪੱਟੇ ਗਏ ਸਨ, ਜਦੋਂ ਥਾਣਿਆਂ ਦੇ ਵਿੱਚ ਫਰਿਆਦਾਂ ਕਰਦੇ ਸਨ, FIR ਦਰਜ ਕਰਨਗੇ, ਜਦੋਂ ਉਹ ਸ਼ਿਕਾਇਤ ਕਰਨਗੇ, ਤਾਂ ਜਿਸ ਤਰੀਕੇ ਨਾਲ ਮੌਕੇ ਦੇ ਥਾਣਾ ਅਫਸਰਾਂ ਨੇ ਉਹਨਾਂ ਨਾਲ ਵਿਹਾਰ ਕੀਤਾ, ਉਹ ਹਿੰਦੂ ਦੀ, ਉਹ ਦੇਸ਼ ਦੀ, ਉਹ ਸਿਸਟਮ ਦਾ ਜਿਹੜਾ ਸੀ ਵਿਹਾਰ ਸੀ, ਉਹ ਜਿਹੜੀ ਧੌਂਸਵਾਦੀ ਰੁਚੀ ਸੀ, ਉਹ ਕੌਮ ਦੇ ਸਾਹਮਣੇ ਆਉਂਦੀ ਹੈ। ਬਿਲਕੁਲ ਉਸੇ ਸਮੇਂ ਤੱਕ ਹਾਲੇ ਪੰਜਾਬ ਦੇ ਵਿੱਚ ਓਪਰੇਸ਼ਨ ਬੂਡਰੋਜ਼ ਜਿਹੜਾ ਹੈ ਰਾਤ ਨੂੰ ਉਹ ਚੱਲ ਰਿਹਾ ਸੀ। ਸੋ ਇੱਕ ਪਾਸੇ ਸਿੱਖ ਨੌਜਵਾਨ ਚੁਣ ਚੁਣ ਕੇ ਪੰਜਾਬ ਦੇ ਵਿੱਚੋਂ ਕਤਲ ਕੀਤਾ ਜਾ ਰਿਹਾ ਸੀ, ਮੁੱਛ ਫੁੱਟ ਗੱਭਰੂ ਜਿਹਨਾਂ ਨੇ ਕਿਰਪਾਨਾਂ ਪਾਈਆਂ ਹੁੰਦੀਆਂ ਸਨ, ਜਿਹਨਾਂ ਨੇ ਕੇਸ ਰੱਖੇ ਹੁੰਦੇ ਸਨ ਜਾਂ ਪੀਲੀ ਦਸਤਾਰ ਬੰਨੀ ਹੁੰਦੀ ਸੀ, ਉਹਨਾਂ ਨੂੰ ਤਾਂ ਕੋਈ ਸਵਾਲ ਹੀ ਨਹੀਂ ਸੀ ਕੀਤਾ ਜਾਂਦਾ, ਚੁੱਕ ਕੇ ਗੱਡੀ ਵਿੱਚ ਸੁੱਟ ਲਿਆ ਜਾਂਦਾ ਸੀ, ਜਿਪਸੀ ਦੇ ਵਿੱਚ ਉੱਥੇ ਤਸ਼ੱਦਦ ਕਰਕੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ, ਤਾਂ ਸਾਹਮਣੇ ਜੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਸੀ। ਸੋ ਇਹ ਕੁਛ ਉੱਥੇ ਦੇਖਣ ਨੂੰ ਮਿਲਦਾ। ਜਦੋਂ ਸੈਕੰਡ ਵਰਲਡ ਵਾਰ ਹੈ ਉਹਦੇ ਮੌਕੇ ਤੇ ਜਿਹੜੇ ਮਜ਼ਲੂਮ ਯਹੂਦੀ ਭਾਈਚਾਰੇ ਨੂੰ ਵੀ ਬਿਲਕੁਲ ਅਜਿਹੀਆਂ ਤੌਮਤਾਂ ਤੇ ਨਸੀਹਤਾਂ ਨਾਲ ਰਿਵਾਜਿਆ ਗਿਆ ਸੀ, ਅਜਿਹੇ ਪੀੜਾਂ ਦੇ ਵਿੱਚੋਂ, ਅਜਿਹੇ ਦਰਦ ਦੇ ਵਿੱਚੋਂ ਯਹੂਦੀਆਂ ਨੂੰ ਨਿਕਲਣਾ ਪਿਆ ਸੀ ਸੈਕੰਡ ਵਰਲਡ ਵਾਰ ਦੇ ਦੌਰਾਨ। ਸੋ ਇੱਥੇ ਅਸੀਂ ਬਹੁਤ ਦੁੱਖ ਦੇ ਨਾਲ ਮਹਿਸੂਸ ਵੀ ਕਰਦੇ ਹਾਂ ਕਿ ਇਹ ਸਾਰਾ ਕੁਝ ਜਿਹੜਾ ਸੀ ਉਹ ਸਿੱਖ ਕੌਮ ਨੂੰ ਝੱਲਣਾ ਪਿਆ, ਤੇ ਇਸੇ ਦੇ ਨਤੀਜੇ ਵਜੋਂ ਜਿਹੜਾ ਹੈ ਸਾਡੇ ਸਾਹਮਣੇ ਇਹ ਕੁਛ ਹੈ। ਸੋ ਇਹ ਫਲਸਫੇ ਹੁੰਦੇ ਨੇ, ਇਹ ਘਾੜਤਾਂ ਹੁੰਦੇ, ਇਹਨਾਂ ਨੂੰ ਸ਼ਿੱਦਤ ਦੇ ਨਾਲ ਮਹਿਸੂਸ ਕਰਨ ਦੀ, ਸਮਝਣ ਦੀ ਲੋੜ ਹੁੰਦੀ ਹੈ। ਸੋ ਜਿੰਨੇ ਵੀ ਸਾਡੇ ਅੱਜ ਕੱਲ ਦੇ ਨੌਜਵਾਨ ਨੇ, ਜਿੰਨੇ ਵੀ ਸਾਡੇ ਅੱਜ ਕੱਲ ਦੇ ਬੱਚੇ ਨੇ, ਜਦੋਂ ਅਸੀਂ ਉਹਨਾਂ ਨੂੰ ਇਸ ਦੇ ਬਾਰੇ ਵਾਰ ਵਾਰ ਦੱਸਾਂਗੇ, ਜਿਵੇਂ ਯਹੂਦੀ ਸਵੇਰੇ ਉੱਠਦੇ ਹੀ ਆਪਣੇ ਬੱਚੇ ਦੇ ਕੰਨ ਦੇ ਵਿੱਚ ਕਹਿੰਦੇ ਸਨ ਕਿ ਤੂੰ ਗੁਲਾਮ ਹੈ, ਕਿ ਇੱਕ ਆਤਮਕ ਕਾਇਆ ਕਲਪ ਨੂੰ ਨਕਾਰ ਕੇ, ਜਿਵੇਂ ਸਾਡੇ ਅੰਦਰ ਸ਼ਬਦ ਰਚਿਆ ਹੋਇਆ ਨਾ ਗੁਰੂ ਗ੍ਰੰਥ ਸਾਹਿਬ ਦਾ, ਉਹਨੂੰ ਨਕਾਰ ਕੇ ਉਹ ਬਾਹਰਮੁਖੀ ਜਿਹੜੀਆਂ ਹਾਲਤਾਂ ਹੁੰਦੀਆਂ ਨੇ ਉਹਨਾਂ ਨੂੰ ਬਦਲਣ ਤੇ ਉਹ ਫੋਕਸ ਕਰਦੇ ਨੇ ਸਾਰਾ ਕੁਛ। ਸ਼ਬਦ ਦੀ ਗੱਲ ਹੈ ਨਾ, ਸ਼ਬਦ ਦਾ ਫਲਸਫਾ, ਉਹਦੇ ਤੇ ਠੋਕਰ ਮਾਰ ਕੇ, ਉਸ ਤੇ ਸੱਟ ਮਾਰ ਕੇ ਉਸਨੂੰ ਬਦਲਣ ਦੀ ਕੋਸ਼ਿਸ਼ ਕਰਦੇ ਨੇ।
ਅੱਜ ਦੀ ਘਟਨਾ ਹੈ। ਸ਼ਬਦ ਗੁਰੂ ਤੇ ਫੇਰ ਹਮਲਾ ਹੋਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 7 ਸਰੂਪ ਨੇ ਜਿਹੜੇ, ਉਹਨਾਂ ਦੀ ਬੇਅਦਬੀ ਹੋਈ ਹੈ। ਘਟਨਾ ਜੁੜ ਗਈ ਨਾ ਆਪਸ ਦੇ ਵਿੱਚ, ਇਹਨੂੰ ਜੋੜ ਕੇ ਹੀ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਹਮਲਾ ਕਿੱਥੇ ਹੋ ਰਿਹਾ। ਇਹਨੂੰ ਜੋੜ ਕੇ ਹੀ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਮਨਸ਼ਾ ਕੀ ਹੈ, ਨਤੀਜਾ ਕੀ ਕੱਢਣਾ ਚਾਹੁੰਦਾ ਦੁਸ਼ਮਣ। ਸੋ ਇਹ ਗੱਲ ਬੜੀ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਜਿੰਨਾ ਚਿਰ ਇਹ ਬਦਲਾਅ ਜਿਹੜਾ ਹੈ ਦੁਸ਼ਮਣ ਚਾਹੁੰਦਾ ਸਾਡੇ ਚ, ਉਹ ਕਹਿੰਦਾ ਕਿ ਅਸੀਂ ਬਦਲ ਜਾਈਏ, ਅਸੀਂ ਇੱਕ ਤਾਂ ਸ਼ਬਦ ਨਾਲ ਟੁੱਟ ਜਾਈਏ, ਅਸੀਂ ਆਪਣੇ ਪਹਿਰਾਵੇ ਨਾਲ ਟੁੱਟ ਜਾਈਏ, ਅਸੀਂ ਆਪਣੀ ਸਰੀਰਕ ਜਿਹੜੀ ਬਣਤਰ ਹੈ ਉਹਦੇ ਨਾਲ ਟੁੱਟ ਜਾਈਏ, ਅਸੀਂ ਕੇਸ ਕਟਵਾ ਦਈਏ, ਅਸੀਂ ਪੱਗ ਬੰਨਣਾ ਬੰਦ ਕਰ ਦਈਏ, ਅਸੀਂ ਗਾਤਾ ਪਾਉਣਾ ਬੰਦ ਕਰ ਦਈਏ, ਅਸੀਂ ਸ਼ਬਦ ਨਾਲ ਟੁੱਟ ਜਾਈਏ। ਜਿੰਨਾ ਚਿਰ ਉਹ ਇਹਨੂੰ ਬਦਲ ਨਹੀਂ ਨਾ ਲੈਂਦਾ ਪੂਰੀ ਤਰ੍ਹਾਂ, ਇਹ ਉਦੋਂ ਤੱਕ ਲਈ ਸਾਨੂੰ ਲਗਾਤਾਰ ਜਿਹੜਾ ਹੈ ਉਹ ਇਹਨਾਂ ਦਰਦਾਂ ਦੇ ਵਿੱਚੋਂ, ਇਹਨਾਂ ਪੀੜਾਂ ਦੇ ਵਿੱਚੋਂ ਲਗਾਤਾਰ ਲੰਘਣਾ ਪਏਗਾ। ਇਹ ਭਾਵੇਂ ਕੋਈ ਹੁਣ ਇਸ ਵੇਲੇ ਰੇਡੀਓ ਆਨ ਕੀਤਾ ਹੋਏਗਾ ਕਿਸੇ ਨੇ, ਮੇਰੇ ਵੀਰ ਨੇ, ਜਾਂ ਕੋਈ ਇਸ ਦੀ ਰਿਕਾਰਡਿੰਗ ਸੁਣੇਗਾ, ਜਾਂ ਕੋਈ ਇਸ ਪ੍ਰੋਗਰਾਮ ਤੋਂ ਕਈ ਦਿਨ ਬਾਅਦ ਇਸ ਦੀ ਰਿਕਾਰਡਿੰਗ ਯੂਟਿਊਬ ਤੇ ਜਾਂ ਇਸ ਮਾਧਿਅਮ ਦੇ ਜ਼ਰੀਏ ਸੁਣੇਗਾ, ਇਹ ਉਸਨੂੰ, ਆਮ ਬੰਦੇ ਨੂੰ, ਆਮ ਨੌਜਵਾਨ ਨੂੰ, ਖਾਸ ਨੌਜਵਾਨ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਜਦੋਂ ਤੱਕ ਅਸੀਂ ਉਹਦੀ ਮਰਜ਼ੀ ਦੇ ਮੁਤਾਬਕ ਨਹੀਂ ਬਦਲਦੇ ਉਦੋਂ ਤੱਕ ਸਾਨੂੰ ਇਸੇ ਤਰ੍ਹਾਂ ਇਹ ਕੰਡਿਆਲੀਆਂ ਰਾਹਾਂ ਤੇ ਚੱਲਣਾ ਪੈਂਦਾ ਰਹੇਗਾ, ਸਾਨੂੰ ਇਸੇ ਤਰ੍ਹਾਂ ਦੁੱਖ ਤਕਲੀਫ਼ ਨੇ ਜਿਹੜੇ ਉਹ ਮਿਲਦੇ ਰਹਿਣਗੇ, ਪਰ ਖਰੇ ਉਹੀ ਉਤਰਨਗੇ ਦੁੱਖ ਤਕਲੀਫ਼ਾਂ ਦੇ ਵਿੱਚ, ਪਾਰ ਉਹੀ ਪੈਣਗੇ ਜਿਹੜੇ ਸ਼ਬਦ ਨਾਲ ਜੁੜੇ ਰਹਿਣਗੇ, ਜਿਹੜੇ ਗੁਰੂ ਦੇ ਨਾਲ ਜੁੜੇ ਰਹਿਣਗੇ, ਜਿਨ੍ਹਾਂ ਤੇ ਗੁਰੂ ਦੀ ਕਿਰਪਾ। ਜਿਹੜੇ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਕਹਿਣੀ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨਗੇ, ਜਿਹੜੇ ਅੱਜ ਦੇ ਲੀਡਰਾਂ ਦੇ ਮਗਰ ਲੱਗਣਗੇ, ਉਹ ਲੀਡਰ ਵੀ ਮਰਨਗੇ ਤੇ ਉਹ ਮਗਰ ਲੱਗਣ ਵਾਲਿਆਂ ਨੂੰ ਵੀ ਮਰਵਾਉਣਗੇ। ਭੁਲੇਖਾ ਜਾਂ ਇੱਕ ਜਿਹੜਾ ਹੈ ਨਾ ਉਹ ਖੜਾ ਕੀਤਾ ਜਾ ਰਿਹਾ, ਤੇ ਇਹਦੇ ਤੋਂ ਜੇ ਮਨੁੱਖ ਜਿਹੜਾ ਇਹ ਸਾਰਾ ਕੁਛ ਚੱਲਦਾ ਸਾਰੀ ਦੁਨੀਆਂ ਦੇ ਵਿੱਚ, ਉਹਦੇ ਜਿਹੜੇ ਸੋਰਸਿਸ ਨੇ ਉਹਨਾਂ ਨੂੰ ਚਿਤਵ ਕੇ ਦੇਖੇ ਨਾ, ਚਿਤਵਿਆ ਨਹੀਂ ਜਾ ਸਕਦਾ, ਕਲਪਨਾ ਨਹੀਂ ਕੀਤੀ ਜਾ ਸਕਦੀ, ਤਾਂ ਇਸ ਕਰਕੇ ਜਿਹੜੀਆਂ ਤਬਦੀਲੀਆਂ ਇਹ ਚਾਹੁੰਦੇ ਨੇ ਉਹ ਮਨੁੱਖੀ ਆਚਰਣ ਦੇ ਵਿੱਚ ਜਾਂ ਸਿੱਖਾਂ ਦੇ ਆਚਰਣ ਦੇ ਵਿੱਚ ਵਿਗਾੜ ਪੈਦਾ ਕਰਕੇ ਕਰਨੀਆਂ ਚਾਹੁੰਦੇ ਨੇ। ਸੋ ਉਹ ਜਦੋਂ ਸਿੱਖ ਨਸਲਕੁਸ਼ੀ ਹੈ ਜਿਹੜੀ ਨਵੰਬਰ 1984 ਦੀ, ਜਦੋਂ ਉਸਦੇ ਉੱਤੇ ਉਹ ਕਾਮਯਾਬ ਨਹੀਂ ਹੁੰਦੇ, ਉਦੋਂ ਫਿਰ ਉਹ ਅਜਿਹੀਆਂ ਤਬਦੀਲੀਆਂ ਕਰਨ ਦੇ ਲਈ ਹੋਰ ਤਰੀਕੇ ਲੱਭਦੇ ਨੇ। ਉਹ ਨਸਲਕੁਸ਼ੀ ਦੇ ਵਿੱਚ, 84 ਦੀ ਨਸਲਕੁਸ਼ੀ ਦੇ ਵਿੱਚ ਜਦੋਂ ਕਾਮਯਾਬ ਨਹੀਂ ਹੁੰਦਾ ਦੁਸ਼ਮਣ, ਫਿਰ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਸ਼ਾ ਜਿਹੜਾ ਉਹ ਆਉਂਦਾ। ਨਸ਼ੇ ਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇੱਕ ਤਾਂ ਅਸੀਂ ਸਰੀਰਕ ਤੌਰ ਦੇ ਉੱਤੇ ਅਪੰਗ ਨਹੀਂ ਹੁੰਦੇ, ਅਸੀਂ ਨਿਪੁੰਸਕ ਵੀ ਹੁੰਦੇ ਹਾਂ। ਤਾਂ ਪਿੱਛੇ ਜੇ ਮੇਰੀ ਡਾਕਟਰ ਸੁਖਪ੍ਰੀਤ ਸਿੰਘ ਉਦੋਗੇ ਹੋਰਾਂ ਨਾਲ ਗੱਲ ਵੀ ਹੋਈ ਸੀ, ਉਹਨਾਂ ਨੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੇ ਉਹ ਬਈਆਂ ਦੇ ਜਵਾਕ ਜੰਮਣਗੀਆਂ। ਇਹ ਨਸਲਕੁਸ਼ੀ ਨਹੀਂ ਤਾਂ ਹੋਰ ਕੀ ਹੈ, ਇਹ ਵੀ ਨਸਲਕੁਸ਼ੀ ਹੈ ਇੱਕ। ਠੀਕ ਹੈ, ਸਾਡੇ ਭਰਾ ਜਗਜੀਤ ਸਿੰਘ ਪਾਰਲੀਮੈਂਟ ਮੈਂਬਰ ਬੀਬੀ ਹਰਿੰਦਰ ਮੱਲੀ ਨੇ ਇਹ ਬਹੁਤ ਵੱਡਾ ਕਾਰਜ ਕਰ ਦਿੱਤਾ, ਜਿਹਦੇ ਤੋਂ ਬਾਅਦ ਭਾਰਤ ਸਰਕਾਰ ਹੁਣ ਜਾਂ ਸਿੱਖਾਂ ਦੇ ਜਿਹੜੇ ਦੁਸ਼ਮਣ ਨੇ ਉਹ ਅੱਗੋਂ ਕੋਈ ਵੀ ਕਦਮ ਚੁੱਕਣ ਦੇ ਲਈ ਮੈਂ ਕਹਿੰਦਾ ਕਿ 100 ਵਾਰ ਸੋਚਣਗੇ ਉਹ। ਠੀਕ ਹੈ, ਸਾਨੂੰ ਜਿੱਤ ਨਹੀਂ ਮਿਲੀ, ਅਸੀਂ ਜਿੱਤ ਨਹੀਂ ਕਹਿ ਸਕਦੇ ਇਹਦੇ ਇਸ ਮਤਾ ਜਿਹੜਾ ਪਾਸ ਹੋਇਆ ਸਿੱਖ ਨਸਲਕੁਸ਼ੀ ਬਾਰੇ, ਇਸ ਤੇ ਖੁਸ਼ ਹੋਣ ਦੀ ਲੋੜ ਨਹੀਂ ਹੈਗੀ, ਆਪਾਂ ਨੂੰ ਤਸੱਲੀ ਕਰਨ ਦੀ ਲੋੜ ਹੈ ਬਸ ਕਿ ਹਾਂ
ਸਾਡੇ ਪਰਿਵਾਰ ਦੇ ਮੈਂਬਰਾਂ ਨੇ, ਸਾਡੀ ਭੈਣ ਤੇ ਭਰਾ ਨੇ ਇੱਕ ਅਜਿਹਾ ਕਾਰਜ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਹਦੇ ਨਾਲ ਦਿੱਲੀ ਦੇ ਸਿੱਖਾਂ ਨੂੰ ਨੀ, ਜਿਹਦੇ ਨਾਲ ਸਿੱਖ ਕੌਮ ਦੇ ਜਿਹੜੇ ਜ਼ਖਮ ਨੇ ਉਹਨਾਂ ਤੇ ਮੱਲਮ ਲੱਗੀ ਹੈ, ਉਹਨਾਂ ਤੇ ਮੱਲਮ ਲੱਗੀ ਹੈ ਤੇ ਉਹ ਜ਼ਖਮ ਠੀਕ ਹੋਏਗਾ ਜਾਂ ਨਹੀਂ ਹੋਏਗਾ ਇਹਦੀ ਗਰੰਟੀ ਨਹੀਂ ਉਸ ਮੱਲਮ ਨਾਲ। ਹਾਂ ਇਹ ਹੈ ਕਿ ਉਹ ਵਾਰਡ ਦਾ ਕੰਮ ਕਰੇਗਾ, ਇਹ ਮਤ ਸਿੱਖਾਂ ਦੀ ਵਾਰਡ ਦਾ ਕੰਮ ਕਰੇਗਾ, ਸਿੱਖਾਂ ਦੇ ਖੇਤ ਨੂੰ ਵਾਰਡ ਲਾਈ ਗਈ ਹੈ, ਤਾਰ ਲਾਈ ਗਈ ਹੈ, ਇਹ ਕੰਮ ਬਹੁਤ ਵੱਡਾ। ਇਸ ਮਤੇ ਦੇ ਨਾਲ ਸਿੱਖ ਇਸ਼ੂਜ਼ ਨੇ ਜਿਹੜੇ ਸਿੱਖ ਮਸਲੇ ਨੇ ਉਹ ਕੌਮਾਂਤਰੀ ਪੱਧਰ ਦੇ ਉੱਤੇ ਨੇ, ਜਿਹੜੇ ਉਹਨਾਂ ਦੀ ਆਵਾਜ਼ ਹੈ ਜਿਹੜੀ ਸਿੱਖਾਂ ਦੀ ਉਹ ਸੁਣੀ ਗਈ ਹੈ, ਇਹ ਪਹਿਲੀ ਵਾਰ ਹੋਇਆ। ਸੋ ਜਿਹੜਾ ਭਾਰਤ ਦਾ ਪ੍ਰਤੀਕਰਮ ਹੈ, ਵਿਦੇਸ਼ ਵਿਭਾਗ ਦਾ ਪ੍ਰਤੀਕਰਮ ਹੈ, ਉਹਨਾਂ ਨੇ ਕੈਨੇਡਾ ਸਰਕਾਰ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਹੈ, ਇਹ ਇੱਕ ਜਿਵੇਂ ਅਸੀਂ ਕਹਿੰਦੇ ਹਾਂ ਉਹ ਜਿਹੜੀ ਪੁਰਾਣੀ ਨੀਤੀ ਹੈ ਭਾਰਤ ਦੀ ਮਨੁੱਖੀ ਹੱਕਾਂ ਦੀ, ਮਨੁੱਖੀ ਅਧਿਕਾਰਾਂ ਦੀ ਜਿਹੜੀ ਡੋਂਡੀ ਪਿੱਟਣੀ ਕਿ ਭਾਰਤ ਦੇ ਵਿੱਚ ਸਭ ਤੋਂ ਵੱਧ ਸੁਰੱਖਿਅਤ ਨੇ ਲੋਕ, ਉਹ ਫਿੱਕਾ ਪੈਂਦਾ, ਉਹਨੂੰ ਕਰਨੀ ਪੈਣੀ ਹੈ। ਹਾਲਾਂਕਿ ਪੂਰੀ ਦੁਨੀਆਂ ਨੂੰ ਪਤਾ ਭਾਰਤ ਦੇ ਕਿਰਦਾਰ ਦਾ, ਪਰ ਫਿਰ ਵੀ ਉਹਨੇ ਕਰਨੀ ਹੈ, ਉਹਨੂੰ ਕਰਨੀ ਪੈਣੀ ਹੈ। ਉਹਦੇ ਕੋਲ ਕਾਟ ਨਹੀਂ ਹੁਣ ਹੈਗੀ, ਇਹਦੀ ਸਟੇਟ ਅਸੈਂਬਲੀ ਚ ਮਤਾ ਪਾਸ ਹੋਵੇ ਭਾਰਤ ਕੋਲ ਉਹਦੀ ਕਾਟ ਨਹੀਂ, ਉਹ ਮਤਾ ਰੱਦ ਨਹੀਂ ਕਰਵਾ ਸਕਦਾ। ਹੁਣ ਮਤਾ ਰੱਦ ਤਾਂ ਭਾਰਤ ਦੀ ਕਿਸੇ ਸਟੇਟ ਅਸੈਂਬਲੀ ਚ ਹੋਵੇ ਉਹ ਨਹੀਂ ਰੱਦ ਹੋ ਸਕਦਾ। ਹੁਣ ਪੰਜਾਬ ਚ ਇਹਨਾਂ ਦੀ ਗੱਲ ਕਰੀਏ, ਅਕਾਲੀ ਦਲ ਬਾਦਲ ਦਾ ਲੀਡਰ ਹੈ ਚੰਦੂ ਮਾਜਰਾ, ਵਡੂੰਗਰ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ, ਇਹਨਾਂ ਵੱਲੋਂ ਹੁਣ ਬਿਆਨ ਦਿੱਤੇ ਜਾ ਰਹੇ ਬਹੁਤ ਵਧੀਆ ਹੋਇਆ, ਉਹ ਓਨਟਾਰੀਓ ਦੀ ਸਟੇਟ ਅਸੈਂਬਲੀ ਨੇ ਜਿਹੜਾ ਮਤਾ ਪਾਸ ਕੀਤਾ ਤੇ ਭਾਰਤ ਨੂੰ ਵੀ ਮਤਲਬ ਮਾਫ਼ੀ ਮੰਗਣ ਲਈ ਕਹਿ ਰਹੇ ਨੇ। ਉਹ ਪਤੰਦਰ ਉਹ 10 ਸਾਲ ਤੁਸੀਂ ਰਾਜ ਕੀਤਾ ਪੰਜਾਬ ਦੀ ਸਟੇਟ ਅਸੈਂਬਲੀ ਤੇ, ਤੁਸੀਂ ਨਸਲਕੁਸ਼ੀ ਦਾ ਮਤਾ ਕਿਉਂ ਨੀ ਪਾਸ ਕੀਤਾ? ਇਹ ਬਡੂੰਗਰ ਨੂੰ, ਮੱਕੜ ਨੂੰ, ਬਾਦਲ ਨੂੰ, ਵੱਡੇ ਬਾਦਲ ਨੂੰ, ਸੁਖਵੀਰ ਬਾਦਲ ਨੂੰ, ਚੰਦੂ ਮਾਜਰੇ ਨੂੰ, ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ। ਇਹਨਾਂ ਨੇ 10 ਸਾਲ ਰਾਜ ਕੀਤਾ, 5 ਸਾਲ ਪਹਿਲਾਂ ਕੀਤਾ ਸਿੱਖ ਨਸਲਕੁਸ਼ੀ ਤੋਂ ਬਾਅਦ, ਇਹਨਾਂ ਦੇ ਚੇਤਿਆਂ ਦੇ ਵਿੱਚ ਕੀ ਤੂੜੀ ਭਰੀ ਹੋਈ ਸੀ, ਇਹਨਾਂ ਨੂੰ ਮਤਾ ਪਾਸ ਕਰਨਾ ਚਾਹੀਦਾ ਸੀ ਪੰਜਾਬ ਦੀ ਸਟੇਟ ਅਸੈਂਬਲੀ ਚ। ਸੋ ਇਹ ਗੱਲ ਹੈ। ਹੁਣ ਅਸੀਂ ਦੂਜੇ ਪਾਸੇ ਦੇਖਦੇ ਹਾਂ ਕਿ ਹਿੰਦੂ ਜਥੇਬੰਦੀਆਂ ਬਹੁਤ ਨੇ ਭਾਰਤ ਦੇ ਵਿੱਚ, ਕੌਮਾਂਤਰੀ ਪੱਧਰ ਤੇ ਵੀ ਨੇ, ਪੰਜਾਬ ਦੇ ਵਿੱਚ ਵੀ ਨੇ। ਉਹਨਾਂ ਵੱਲੋਂ ਹਾਲੇ ਤੱਕ ਕੋਈ ਬਿਆਨ ਨਹੀਂ ਆਇਆ ਹੈਗਾ ਇਸ ਦੇ ਬਾਰੇ, ਇਸ ਮਤੇ ਬਾਰੇ, ਉਹ ਚੁੱਪ ਨੇ। ਹੁਣ ਇੱਥੇ ਜਿਹੜਾ ਹੈ ਸਟੇਟ ਗੌਰਮੈਂਟ ਜਿਹੜੀ ਧਿਰ ਬਣਦੀ ਹੈ, ਭਾਰਤ ਸਰਕਾਰ ਧਿਰ ਬਣ ਗਈ ਹੈ। ਭਾਰਤ ਸਰਕਾਰ ਨੇ ਤਾਂ ਬਿਆਨ ਦਿੱਤਾ, ਭਾਰਤ ਸਰਕਾਰ ਦੇ ਫੋਰਨ ਸੈਕਰੇਟਰੀਜ਼ ਨੇ ਜਿਹੜੇ ਉਹਨਾਂ ਨੇ ਤਾਂ ਬਿਆਨ ਦਿੱਤਾ, ਪਰ ਕਿਸੇ ਹਿੰਦੂ ਜਥੇਬੰਦੀ, ਭਾਰਤੀ ਜਨਤਾ ਪਾਰਟੀ ਜਾਂ ਹੋਰ ਕਿਸੇ ਨੇ ਹਾਲੇ ਤੱਕ ਤਾਂ ਬਿਆਨ ਨਹੀਂ ਦਿੱਤਾ, ਹੋ ਸਕਦਾ ਆਉਣ ਵਾਲੇ ਦਿਨਾਂ ਚ ਆ ਜੇ। ਉੱਥੇ ਫਿਰ ਇਹ ਗੱਲ ਇਸ ਕਰਕੇ ਬਿਆਨ ਨਹੀਂ ਦਿੱਤਾ, ਉੱਥੇ ਇਹ ਗੱਲ ਸਿੱਧੇ ਤੌਰ ਦੇ ਉੱਤੇ ਸਿੱਖਾਂ ਦੇ ਵਿੱਚ ਜਾਏਗੀ ਕਿ ਹਿੰਦੂ ਜਥੇਬੰਦੀਆਂ ਨੇ ਜਿਹੜੀਆਂ ਜਾਂ ਹਿੰਦੂ ਪਾਰਟੀਆਂ ਨੇ ਉਹ ਧਿਰ ਬਣਦੀਆਂ ਨੇ ਸਿੱਖਾਂ ਦੇ ਖਿਲਾਫ਼। ਹੁਣ ਉੱਥੇ ਉਹ ਧਿਰ ਤਾਂ ਬਣੀਆਂ ਹੋਈਆਂ ਨੇ ਪਰ ਜ਼ਾਹਰਾ ਤੌਰ ਦੇ ਉੱਤੇ ਨਹੀਂ ਬਣਨਾ ਚਾਹੁੰਦੀਆਂ। ਜ਼ਾਹਰਾ ਤੌਰ ਦੇ ਉੱਤੇ ਇਹ ਗੱਲ ਨੂੰ ਸਪਸ਼ਟ ਤੌਰ ਦੇ ਉੱਤੇ ਵਿਸ਼ਵ ਦੇ ਮੀਡੀਆ ਦੇ ਵਿੱਚ ਨਹੀਂ ਜਾਣ ਦੇਣਾ ਚਾਹੁੰਦੀਆਂ ਕਿ ਸਿੱਖਾਂ ਦੇ ਖਿਲਾਫ਼ ਹਿੰਦੂ ਇੱਕ ਧਿਰ। ਉੱਥੇ ਸਟੇਟ ਨੂੰ ਅੱਗੇ ਕੀਤਾ ਹੋਇਆ, ਸਟੇਟ ਦੇ ਕਿਉਂਕਿ ਲੋਕ ਰਾਜ ਦਾ ਮਖੌਟਾ ਪਾਇਆ ਹੋਇਆ, ਸਟੇਟ ਦੇ ਉੱਤੇ ਲੋਕਤੰਤਰ ਦਾ ਤੇ ਲੋਕ ਰਾਜ ਦਾ ਧਰਮ ਨਿਰਪੱਖਤਾ ਦਾ ਮਖੌਟਾ ਪਾਇਆ ਹੋਇਆ। ਇਸ ਕਾਰਨ ਇਹ ਸਾਰਾ ਜਿਹੜਾ ਦੁਨੀਆ ਪੱਧਰ ਦੇ ਉੱਤੇ ਭਾਰਤੀ ਸਟੇਟ ਵੱਲੋਂ ਹਾਹਾਕਾਰ ਮਚਾਈ ਜਾ ਰਹੀ ਹੈ, ਉਹ ਇਸੇ ਕਾਰਨ ਮਚਾਈ ਜਾ ਰਹੀ ਹੈ। ਹੁਣ ਇਹਦੇ ਚ ਸਰਕਾਰ ਦੀ ਹਾਹਾਕਾਰ ਦੇ ਜਿਹੜੇ ਕਾਰਨ ਨੇ ਭਾਰਤ ਸਰਕਾਰ ਦੀ, ਉਹ ਸਾਨੂੰ ਸਮਝ ਆਉਂਦੇ ਨੇ। ਉਹਦੇ ਪਿੱਛੇ ਇੱਕ ਲੰਬੀ ਚੌੜੀ ਜਿਹੜੀ ਦੂਰਦ੍ਰਿਸ਼ਟੀ ਹੈ ਭਾਰਤ ਸਰਕਾਰ ਦੀ, ਉਹ ਤਾਂ ਭਾਰਤ ਦੀ ਏਕਤਾ ਤੇ ਅਖੰਡਤਾ ਦੀ ਹੀ ਗੱਲ ਸੋਚ ਕੇ ਕਰਦੇ ਨੇ ਨਾ। ਹੁਣ ਚਾਹੇ ਤਾਂ ਉਹ ਕਾਂਗਰਸ ਹੈ ਭਾਰਤ ਦੇ ਵਿੱਚ ਰਾਜ ਕਰਦੀ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ, ਚਾਹੇ ਜਨਤਾ ਦਲ ਹੈ। ਜਦੋਂ ਹੁਣ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ ਤੇ ਨਸਲਕੁਸ਼ੀ ਜਿਹੜੀ ਹੈ ਉਹ ਕਾਂਗਰਸ ਦੀ ਸਰਕਾਰ ਦੇ ਸਮੇਂ ਹੁੰਦੀ ਹੈ,
ਤੇ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਨੇ ਇੱਕਾ ਦੁੱਕਾ ਬਿਆਨ ਦਿੱਤੇ ਸਨ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮਾਮਲੇ ਦੇ ਵਿੱਚ ਕਾਂਗਰਸ ਨੂੰ ਖਿੱਚਣ ਦੇ, ਪਰ ਹੁਣ ਕਿਉਂਕਿ ਗੱਲ ਸਟੇਟ ਦੀ ਆ ਜਾਂਦੀ ਹੈ ਤੇ ਇੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਿਹੜੀ ਮੋਦੀ ਦੀ ਅਗਵਾਈ ਵਾਲੀ ਉਹ ਕਾਂਗਰਸ ਦੇ ਨਾਲ ਆ ਕੇ ਖੜੀ ਹੋ ਚੁੱਕੀ ਹੈ। ਉੱਥੇ ਇਹਨਾਂ ਦੇ ਮਨੋਰਥ ਸਾਂਝੇ ਨੇ, ਉੱਥੇ ਇਹਨਾਂ ਦੇ ਟੀਚੇ ਸਾਂਝੇ ਨੇ ਤੇ ਉੱਥੇ ਇਹਨਾਂ ਦਾ ਜਿਹੜਾ ਦੁਸ਼ਮਣੀ ਵਾਲਾ ਰਵੱਈਆ ਸਿੱਖਾਂ ਦੇ ਨਾਲ ਉਹ ਸਾਂਝਾ ਹੋ ਜਾਂਦਾ ਇੱਥੇ ਆ ਕੇ। ਹੁਣ ਇੱਥੋਂ ਪਤਾ ਚੱਲਦਾ ਜੇ ਸਰਕਾਰਾਂ ਵੱਖ ਵੱਖ ਹੁੰਦੀਆਂ, ਸਿਸਟਮ ਵੱਖ ਵੱਖ ਹੁੰਦੇ, ਫੇਰ ਭਾਰਤੀ ਜਨਤਾ ਪਾਰਟੀ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ ਚਾਹੀਦਾ ਇਸ ਮਤੇ ਤੋਂ। ਹੁਣ ਕਿਉਂਕਿ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ, ਸੋ ਇੱਥੇ ਇਹ ਗੱਲ ਸਪਸ਼ਟ ਹੈ ਕਿ ਭਾਰਤ ਦੇ ਵਿੱਚ ਪਾਰਟੀ ਕੋਈ ਵੀ ਹੋਵੇ ਸਿਸਟਮ ਇੱਕੋ ਹੀ ਕੰਮ ਕਰਦਾ। ਉਹ ਸਿਸਟਮ ਭਾਰਤ ਦਾ ਸਿਸਟਮ ਹੈ ਜਿਸ ਦੀ ਆਪਾਂ ਕਾਫੀ ਸਮੇਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ। ਉਸ ਸਿਸਟਮ ਨੂੰ ਸ਼ਾਇਦ ਮਤੇ ਤੋਂ ਕੋਈ ਪ੍ਰੋਬਲਮ ਨਾ ਹੁੰਦੀ, ਪਰ ਜਿਵੇਂ ਗੁਰੂ ਨਾਨਕ ਵੱਲੋਂ ਸ਼ੁਰੂ ਕੀਤੇ ਗਏ ਤੀਜੇ ਨਿਰਮਲ ਪੰਥ ਦੀ ਗੱਲ ਕੀਤੀ ਗਈ ਹਰਿੰਦਰ ਮੱਲੀ ਵੱਲੋਂ ਉਸ ਮਤੇ ਦੇ ਵਿੱਚ, ਉੱਥੋਂ ਸਟਾਰਟ ਕੀਤਾ ਗਿਆ, ਸਿੱਖੀ ਬਾਰੇ ਚਾਨਣਾ ਪਾਇਆ ਗਿਆ। ਉਹਨੇ ਆਪਣੇ ਲੰਮੇ ਭਾਸ਼ਣ ਦੇ ਵਿੱਚ, ਬੀਬੀ ਹਰਿੰਦਰ ਮੱਲੀ ਨੇ ਵੇਰਵੇ ਨਾਲ ਭਾਸ਼ਣ ਦਿੱਤਾ ਸਿੱਖ ਕੌਮ ਦੀ ਸਥਾਪਤੀ ਤੋਂ ਲੈ ਕੇ, ਸਿੱਖ ਕੌਮ ਦੀ ਨੀਂਹ ਜਦੋਂ ਰੱਖੀ ਗੁਰੂ ਨਾਨਕ ਜੀ ਨੇ ਉਦੋਂ ਤੋਂ ਲੈ ਕੇ। ਅਸੀਂ ਦੇਖਦੇ ਹਾਂ ਕਿ 1984 ਦੇ ਵਿੱਚ ਜਿਵੇਂ ਸਿੱਖਾਂ ਨੂੰ ਸਾੜਿਆ ਗਿਆ, ਮਾਰਿਆ ਗਿਆ, ਬਲਾਤਕਾਰ ਕੀਤੇ ਗਏ, ਜੋ ਉਹ ਚਰਚਾ ਉਸਨੇ ਕੀਤਾ ਆਪਣੇ ਭਾਸ਼ਣ ਦੇ ਵਿੱਚ, ਮੈਨੂੰ ਲੱਗਦਾ ਕਿ ਉਹ ਇੱਕ ਮਾਈਲ ਸਟੋਨ ਹੈ, ਮੀਲ ਦਾ ਪੱਥਰ ਹੈ ਤੇ ਉਹ ਜੋੜਾਂ ਚ ਬੈਠਦਾ ਇੰਡੀਅਨ ਸਿਸਟਮ ਦੇ। ਉਹਦਾ ਭਾਸ਼ਣ ਬੀਬੀ ਹਰਿੰਦਰ ਮੱਲੀ ਦਾ, ਉਹਨੂੰ ਤੁਸੀਂ ਧਿਆਨ ਨਾਲ ਸੁਣਿਓ। ਉਹ ਜੋ ਭਾਸ਼ਣ ਦੇ ਵਿੱਚ ਬੀਬੀ ਨੇ ਜਾਣਕਾਰੀ ਦਿੱਤੀ ਹੈ ਸਿੱਖ ਧਰਮ ਬਾਰੇ, ਜੋ ਨਸਲਕੁਸ਼ੀ ਦੇ ਵੇਰਵੇ ਦਿੱਤੇ ਨੇ ਉਸ ਦੇ ਵਿੱਚ, ਉਹ ਜਿੰਨੇ ਵੀ ਉੱਥੇ ਮੈਂਬਰ ਨੇ ਪਾਰਲੀਮੈਂਟ ਦੇ ਜਾਂ ਜਿੰਨੇ ਵੀ ਉਹਨੂੰ ਸੁਣਨ ਵਾਲੇ ਨੇ ਜਾਂ ਕੌਮਾਂਤਰੀ ਮੀਡੀਆ, ਉਹਨਾਂ ਦੀਆਂ ਅੱਖਾਂ ਖੋਲਦਾ ਉਹ। ਇਹ ਚੀਜ਼ ਅਸੀਂ ਅਜਿਹੇ ਤਰੀਕੇ ਨਾਲ ਅੱਗੇ ਇਸ ਨੂੰ ਅਸੀਂ ਪੇਸ਼ ਨਹੀਂ ਕਰਦੇ। ਉਹਦੇ ਵਿੱਚ ਉਸਦੇ ਭਾਸ਼ਣ ਦੇ ਵਿੱਚ ਇੱਕ ਵੇਦਨਾ ਹਰਿੰਦਰ ਮੱਲੀ ਦੇ, ਇੱਕ ਦਰਦ ਹੈ। ਇਸ ਤਰੀਕੇ ਨਾਲ ਗੱਲ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਜੋ ਕਿਸੇ ਸਟੇਟ ਦੀ ਅਸੈਂਬਲੀ ਚ ਹੋਵੇ ਜਾਂ ਪਾਰਲੀਮੈਂਟ ਦੇ ਵਿੱਚ ਹੋਵੇ ਕੋਈ ਮੈਂਬਰ ਹੋਵੇ, ਉਹਦੇ ਮੁੱਖ ਤੋਂ ਪਹਿਲੀ ਵਾਰ ਸੁਣੀ ਹੈ, ਤੁਸੀਂ ਵੀ ਪਹਿਲੀ ਵਾਰ ਸੁਣੀ ਹੋਏਗੀ, ਕਿਉਂਕਿ ਜਦੋਂ ਵੀ ਸਾਡੇ ਕੌਮ ਦੇ ਬੁਲਾਰੇ ਭਾਵੇਂ ਉਹ ਸੱਤ ਸਮੁੰਦਰ ਪਾਰ ਨੇ, ਉੱਥੇ ਆਪਣੀ ਜ਼ਿੰਦਗੀ ਬਸਰ ਕਰਨ ਦੇ ਲਈ ਆਪਣੇ ਘਰ ਘਰ ਛੱਡ ਕੇ ਉੱਥੇ ਰਹਿਣ ਲਈ ਮਜਬੂਰ ਹੋਏ ਨੇ, ਉੱਥੋਂ ਦੇ ਬੁਲਾਰੇ ਨੇ, ਚਾਹੇ ਸਾਡੀ ਪੰਜਾਬ ਦੀ ਸਟੇਟ ਦੇ ਵਿੱਚ ਸਿੱਖ ਲੀਡਰ ਦੇ ਕੋਈ ਆਗੂ ਨੇ, ਉਹਨਾਂ ਵੱਲੋਂ ਜਦੋਂ ਵੀ ਭਾਸ਼ਣ ਦਿੱਤਾ ਜਾਂਦਾ, ਜਦੋਂ ਵੀ ਉਹ ਇਸ ਬਾਰੇ ਜਾਣਕਾਰੀ ਦਿੰਦੇ ਨੇ ਨਸਲਕੁਸ਼ੀ ਬਾਰੇ ਜਾਂ ਆਪਣੇ ਦਰਦ ਬਾਰੇ, ਉਹਦੇ ਚ ਉਹ ਦਰਦ ਘੱਟ, ਉਹ ਪੀੜਾ ਘੱਟ, ਉਹਦੇ ਚ ਇੱਕ ਬਦਲੇ ਦੀ ਜਿਹੜੀ ਗੱਲ ਜ਼ਿਆਦਾ, ਜਿਵੇਂ ਇੱਕ ਕੋਈ ਜੇਤੂ ਜਰਨੈਲ ਗੱਲ ਕਰਦਾ ਹੁੰਦਾ, ਉਸ ਤਰੀਕੇ ਨਾਲ ਗੱਲ ਕਰਨ ਦਾ ਜਿਹੜਾ ਰਵੱਈਆ ਜਾਂ ਤਰੀਕਾ ਜੋ ਉਸ ਨੂੰ ਜ਼ਿਆਦਾ ਅਸੀਂ ਦੇਖਿਆ ਹੁਣ ਤੱਕ। ਪਰ ਮੈਨੂੰ ਲੱਗਦਾ ਅਸੀਂ ਪਿੱਛੇ ਵੀ ਅਸੀਂ ਆਪਣੇ ਪ੍ਰੋਗਰਾਮ ਦੇ ਜ਼ਰੀਏ ਅਸੀਂ ਗੱਲ ਕੀਤੀ ਹੈ ਕਿ ਬੀਬੀ ਹਰਿੰਦਰ ਮੱਲੀ ਨੇ, ਸਾਡੀ ਭੈਣ ਨੇ, ਜਿਵੇਂ ਉਹ ਭਾਸ਼ਣ ਦੇ ਵਿੱਚ ਵੇਰਵੇ ਦਿੱਤੇ ਨੇ, ਜੋ ਉਸਦੇ ਫੇਸ ਐਕਸਪ੍ਰੈਸ਼ਨ ਸਨ, ਜਿਵੇਂ ਉਹਦੇ ਚਿਹਰੇ ਦੇ ਹਾਵ ਭਾਵ ਸਨ, ਉਹ ਅਸੀਂ ਦੇਖੇ, ਉਹਦੇ ਤੋਂ ਨਿਰਸੰਦੇਹ ਉਹ ਇੱਕ ਪੀੜਿਤ ਕੌਮ ਦੀ ਧੀ ਲੱਗਦੀ ਹੈ। ਉਹ ਇੱਕ ਨਸਲਕੁਸ਼ੀ ਦਾ ਸ਼ਿਕਾਰ ਬਣਾਏ ਜਾਣ ਵਾਲੀ ਕੌਮ ਦੀ ਧੀ ਲੱਗਦੀ ਹੈ। ਉਹਨੇ ਉਸੇ ਤਰੀਕੇ ਨਾਲ ਪੇਸ਼ ਕੀਤੇ ਨੇ, ਉਹਦੀ ਆਵਾਜ਼ ਦੇ ਵਿੱਚ ਦਰਦ ਸੀ, ਉਹਦੀ ਆਵਾਜ਼ ਦੇ ਵਿੱਚ ਵੇਰਵਾ ਸੀ, ਉਹਦੀ ਆਵਾਜ਼ ਦੇ ਵਿੱਚ ਅਸੀਂ ਦੇਖਿਆ ਕਿ ਉਹਨਾਂ ਹਜ਼ਾਰਾਂ ਧੀਆਂ ਦੀਆਂ ਚੀਕਾਂ ਕੁਰਲਾਹਟਾਂ ਉਹ ਸਾਰੀਆਂ ਨਜ਼ਰੀ ਪੈਂਦੀਆਂ ਨੇ ਸਾਨੂੰ। ਇਸੇ ਕਾਰਨ ਭਾਰਤ ਸਰਕਾਰ ਦਾ ਹਾਹਾਕਾਰ ਦਾ ਕਾਰਨ ਹੀ ਇਹ ਹੈ, ਕਿਉਂਕਿ ਪੂਰੀ ਦੁਨੀਆਂ ਨੇ ਉਸ ਭਾਸ਼ਣ ਨੂੰ ਸੁਣਿਆ, ਪੂਰੀ ਦੁਨੀਆਂ ਨੇ ਉਸ ਨੂੰ ਦੇਖਿਆ। ਸੋ ਕੌਮਾਂਤਰੀ ਮੀਡੀਆ ਚ, ਓਨਟਾਰੀਓ ਦੀ ਸਟੇਟ ਅਸੈਂਬਲੀ ਦੇ ਵਿੱਚ ਜੋ ਮਤਾ ਪੇਸ਼ ਕੀਤਾ ਗਿਆ,
ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਹੁਣ ਭਾਰਤੀ ਮੀਡੀਆ ਨੇ ਇਸ ਦੇ ਬਾਰੇ ਕੀ ਰੋਲ ਅਦਾ ਕੀਤਾ? ਭਾਰਤੀ ਮੀਡੀਆ ਚ ਟਾਈਮਸ ਆਫ ਇੰਡੀਆ ਅਖਬਾਰ ਹੈ, ਇੱਕ ਹਿੰਦੁਸਤਾਨ ਟਾਈਮਸ ਅਖਬਾਰ ਹੈ, ਹਿੰਦੂ ਅਖਬਾਰ ਹੈ, ਟ੍ਰਿਬਿਊਨ ਹੈ, ਇੰਡੀਅਨ ਐਕਸਪ੍ਰੈਸ ਹੈ ਤੇ ਹੋਰ ਬਹੁਤ ਸਾਰੇ ਅਖਬਾਰ ਨੇ ਛਪਦੇ ਨੇ। ਮੈਂ ਸਾਰਿਆਂ ਤੇ ਨਜ਼ਰ ਮਾਰੀ ਇਹਨਾਂ ਅਖਬਾਰਾਂ ਚ। ਸੋ ਇਹਨਾਂ ਅਖਬਾਰਾਂ ਚ ਟ੍ਰਿਬਿਊਨ ਤੇ ਜਿਹੜੀ ਸੁਰਖੀ ਲੱਗੀ ਇਸ ਮਤਾ ਪੇਸ਼ ਹੋਣ ਬਾਰੇ, ਬਿਲਕੁਲ ਰਾਈਟ ਹੈਂਡ ਤੇ ਸੈਕਿੰਡ ਲੀਡ ਬਣਦੀ ਤਾਂ ਫਸਟ ਲੀਡ ਸੀ। ਟ੍ਰਿਬਿਊਨ ਪੰਜਾਬ ਤੋਂ ਛਪਦਾ, ਪੰਜਾਬੀਆਂ ਦੀ ਤਰਜਮਾਨੀ ਕਰਨ ਵਾਲਾ ਅਖਬਾਰ ਹੈ, ਇਹਦੇ ਸੈਕਿੰਡ ਲੀਡ ਬਣੀ। ਤੇ ਪੰਜਾਬੀ ਟ੍ਰਿਬਿਊਨ ਇਸੇ ਅਖਬਾਰ ਦਾ ਪੰਜਾਬੀ ਟ੍ਰਿਬਿਊਨ ਹੈ ਜਿਹੜਾ ਐਡੀਸ਼ਨ, ਉਹਦੇ ਚ ਬਹੁਤ ਛੋਟੀ ਜੀ ਮਤਲਬ ਫਸਟ ਪੇਜ ਤੋਂ ਸ਼ੁਰੂ ਹੋ ਕੇ ਅਖਬਾਰ ਤੀਜੇ ਚੌਥੇ ਪੰਨੇ ਦੇ ਉੱਤੇ ਉਹਦਾ ਬਾਕੀ ਦਾ ਹਿੱਸਾ ਦਿੱਤਾ ਗਿਆ। ਅਜੀਤ ਦੇ ਵਿੱਚ ਥੋੜੀ ਵੱਡੀ ਸੀ ਤੇ ਸਪੋਕਸਮੈਨ ਦੇ ਵਿੱਚ ਥੋੜੀ ਹੋਰ ਵੱਡੀ ਸੀ। ਇਹ ਅਖਬਾਰ ਨੇ ਜਿਹੜੇ ਪੰਜਾਬ ਤੋਂ ਛਪਦੇ ਨੇ, ਭਾਰਤ ਤੋਂ ਛਪਦੇ ਨੇ, ਤੇ ਹੋ ਸਕਦਾ ਹੋ ਨਹੀਂ ਸਕਦਾ ਤੇ ਇਹ ਤਾਂ ਗੱਲ ਵੈਰੀ ਮੱਚ ਕਲੀਅਰ ਹੈ ਕਿ ਡਿਕਟੇਸ਼ਨ ਜਿਹੜੀ ਆਉਂਦੀ ਹੈ ਉੱਪਰੋਂ ਅਖਬਾਰ ਦੀ ਸੁਰਖੀ ਬਣਾਉਣ ਦੇ ਲਈ, ਡਿਕਟੇਸ਼ਨ ਜਿਹੜੀ ਆਉਂਦੀ ਹੈ ਅਖਬਾਰ ਦੇ ਵਿੱਚ ਖਬਰਾਂ ਤੈਅ ਕਰਨ ਦੇ ਲਈ ਕਿ ਕਿਹੜੀ ਖਬਰ ਕਿੱਥੇ ਛਪੇਗੀ, ਉਹਦੇ ਮੁਤਾਬਕ ਹੀ ਇਹਨਾਂ ਅਖਬਾਰਾਂ ਨੇ ਪੱਤਰਕਾਰੀ ਕਰਨੀ ਹੁੰਦੀ ਹੈ। ਸੋ ਟਾਈਮਸ ਆਫ ਇੰਡੀਆ, ਹਿੰਦੁਸਤਾਨ ਟਾਈਮਸ, ਹਿੰਦੂ, ਇੰਡੀਅਨ ਐਕਸਪ੍ਰੈਸ ਤੇ ਹੋਰ ਜਿਹੜੇ ਅਖਬਾਰ ਨੇ ਉਹਨਾਂ ਨੇ ਇਸ ਖਬਰ ਨੂੰ ਤਰਜੀਹ ਤਾਂ ਦਿੱਤੀ ਪਰ ਉਹਦੇ ਚ ਜਿਹੜਾ ਜ਼ੋਰ ਸੀ ਭਾਰਤ ਸਰਕਾਰ ਦੇ ਜਿਹੜਾ ਇਤਰਾਜ਼ ਸਨ ਉਹਨਾਂ ਤੇ ਜ਼ਿਆਦਾ ਵਜ਼ਨ ਦਿੱਤਾ ਗਿਆ। ਉਹ ਖਬਰ ਇਸ ਤਰੀਕੇ ਨਾਲ ਬਣਾਈ ਗਈ ਇਹਨਾਂ ਸਾਰੀਆਂ ਅਖਬਾਰਾਂ ਦੇ ਵਿੱਚ ਭਾਰਤ ਸਰਕਾਰ ਦੇ ਇਤਰਾਜ਼ ਵਾਲੇ ਪੱਖ ਤੋਂ। ਇਸ ਖਬਰ ਦੇ ਵਿੱਚ ਉਹ ਦਰਦ ਜਿਹੜਾ ਬੀਬੀ ਹਰਿੰਦਰ ਮੱਲੀ ਨੇ ਉੱਥੇ ਸਟੇਟ ਅਸੈਂਬਲੀ ਦੇ ਵਿੱਚ ਪੇਸ਼ ਕੀਤਾ, ਉਸ ਦਰਦ ਦੀ ਥਾਂ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿਸੇ ਵੀ ਪੱਤਰਕਾਰ ਵੱਲੋਂ ਜਿਸਨੇ ਆਪਣੇ ਹਵਾਲੇ ਨਾਲ ਇਹ ਖਬਰ ਨੂੰ ਪੇਸ਼ ਕੀਤਾ ਅਖਬਾਰ ਦੇ ਵਿੱਚ। ਉਸ ਦੇ ਵਿੱਚ ਸਿਰਫ ਤੇ ਸਿਰਫ ਭਾਰਤ ਸਰਕਾਰ ਦਾ ਪੱਖ ਇਤਰਾਜ਼ ਵਾਲਾ ਕੈਨੇਡਾ ਦੇ ਨਾਲ, ਉਸ ਨੂੰ ਵੱਧ ਤਵੱਜੋ ਦਿੱਤੀ ਗਈ, ਉਸ ਦੇ ਉੱਤੇ ਵੱਧ ਜ਼ੋਰ ਦਿੱਤਾ ਗਿਆ ਤੇ ਉਸ ਨੂੰ ਵੱਡਾ ਕਰਨ ਦੇ ਵਿੱਚ, ਉਸਦੇ ਸ਼ਬਦ ਨੂੰ ਵਧਾਉਣ ਦੇ ਵਿੱਚ, ਉਹ ਖਬਰ ਨੂੰ ਵੱਡਾ ਕਰਨ ਦੇ ਵਿੱਚ ਸਿਰਫ ਤੇ ਸਿਰਫ ਭਾਰਤੀ ਜਿਹੜੇ ਫੋਰਨ ਸੈਕਰਟਰੀ ਸਨ ਉਹਨਾਂ ਦੇ ਬਿਆਨ ਨੂੰ ਤਵੱਜੋ ਦਿੱਤੀ ਗਈ। ਸੋ ਇੱਥੋਂ ਅਸੀਂ ਹੁਣ ਬਹੁਤ ਸਮਝ ਸਕਦੇ ਹਾਂ ਕਿ ਦੁੱਖ ਲੱਗਣਾ ਸੁਭਾਵਿਕ ਹੈ ਦੁਸ਼ਮਣ ਨੂੰ, ਤੇ ਉਹਨੇ ਜਿਸ ਤਰੀਕੇ ਨਾਲ ਜਿਹੜਾ ਹੈ ਉਹ ਪ੍ਰਗਟਾਵਾ ਕੀਤਾ ਆਪਣਾ, ਠੀਕ ਹੈ ਕਿ ਸਿੱਖਾਂ ਦੀਆਂ ਕੁਝ ਸਿਧਾਂਤਕ ਮੰਨਤਾਂ ਨੇ, ਧਾਰਮਿਕ ਵਿਸ਼ਵਾਸ ਨੇ ਤੇ ਸਿਆਸੀ ਅਮਲ ਨੇ ਤੇ ਸਿੱਖ ਹੀ ਨੇ ਜਿਹੜੇ ਇਹ ਸਭ ਤੋਂ ਦੁਨੀਆਂ ਦੀ ਇੱਕ ਧਰਮ ਨਿਰਪੱਖ ਕੌਮ ਦੇ ਤੌਰ ਦੇ ਉੱਤੇ ਜਿਹੜੇ ਆਪਣੀ ਪਹਿਚਾਣ ਸਥਾਪਿਤ ਕਰਦੇ ਨੇ, ਬੜੀ ਕਾਮਯਾਬੀ ਨਾਲ ਸਥਾਪਿਤ ਕਰਦੇ ਨੇ। ਕਿਤੇ ਵੀ ਕੋਈ ਕਿਸੇ ਹੋਰ ਧਰਮ ਦੇ, ਕਿਸੇ ਕੌਮੀਅਤ ਦੇ ਜਾਂ ਆਪਣੀ ਕੌਮ ਦੇ ਵਿੱਚ ਕੋਈ ਆਫਤ ਆਉਂਦੀ ਹੈ ਤਾਂ ਸਿੱਖ ਨੂੰ ਇਹ ਸੋਚਣ ਲਈ ਮਜਬੂਰ ਨਹੀਂ ਹੋਣਾ ਪੈਂਦਾ ਕਿ ਹੁਣ ਉਹ ਕੀ ਕਰੇਗਾ, ਕਿਵੇਂ ਮਦਦ ਕਰੇਗਾ ਉਹਦੀ। ਇਹ ਸਾਨੂੰ ਗੁਰੂ ਨਾਨਕ ਨੇ ਸਿਖਾਇਆ ਹੋਇਆ, ਤੁਰੰਤ ਅਸੀਂ ਕਿਸੇ ਦੇ ਕੰਮ ਕਿਵੇਂ ਆਉਣਾ। ਸੋ ਇਹ ਜਿਹੜੀ ਲੈ ਆ ਸਿੱਖ ਦੇ ਅੰਦਰ, ਇਹ ਜਿਹੜੀ ਉਹਦੇ ਖੂਨ ਦੇ ਅੰਦਰ ਵਗ ਰਹੀ ਹੈ, ਉਹਨੂੰ ਤੋੜਨ ਦੇ ਲਈ ਕਿਸੇ ਵੀ ਹੱਦ ਤੱਕ ਜਿਹੜਾ ਹੈ ਉਹ ਜਾ ਸਕਦੇ ਨੇ। ਉਹ ਇੱਕ ਅੱਜ ਹੋਰ ਘਟਨਾ ਹੋਈ ਹੈ, ਵੱਡੀ ਘਟਨਾ, ਮਤਲਬ ਮੇਰੇ ਹਿਸਾਬ ਨਾਲ ਤਾਂ ਕਿ ਜਿਹੜੇ ਨਤੀਜੇ ਨੇ ਉਹ ਆਪਣੇ ਤਰੀਕੇ ਨਾਲ ਪੈਦਾ ਹੁੰਦੇ ਨੇ ਨਤੀਜੇ। ਸਿੱਖਸ ਫਾਰ ਜਸਟਿਸ ਵੱਲੋਂ ਪਾਣੀਆਂ ਦੀ ਵੰਡ ਨੂੰ ਲੈ ਕੇ ਕੌਮਾਂਤਰੀ ਪੱਧਰ ਦੇ ਉੱਤੇ ਜੋ ਪਹਿਲ ਕੀਤੀ ਗਈ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ ਕਦਮ ਅਗਾਂਹ ਵਧਾਏ ਨੇ, ਜਿਸ ਤਰੀਕੇ ਨਾਲ ਉਹਨਾਂ ਨੇ ਕੌਮਾਂਤਰੀ ਮੀਡੀਆ ਦੇ ਵਿੱਚ ਪੰਜਾਬ ਦੀ, ਸਿੱਖਾਂ ਦੀ ਪਾਣੀਆਂ ਦੀ ਵੰਡ ਨੂੰ ਲੈ ਕੇ ਆਰਥਿਕ ਤੌਰ ਤੇ ਨਸਲਕੁਸ਼ੀ ਕਰਨ ਦੀ ਜਿਹੜੀ ਇੱਕ ਅਸੀਂ ਦੇਖਦੇ ਹਾਂ ਕਿ ਰਿਹਤ ਤਿਆਰ ਕੀਤੀ ਜਾ ਰਹੀ ਹੈ,
ਉਸਦੇ ਬਾਰੇ ਜਿਸ ਤਰੀਕੇ ਨਾਲ ਉਹਨਾਂ ਨੇ ਕੌਮਾਂਤਰੀ ਪੱਧਰ ਦੇ ਉੱਤੇ ਪੇਸ਼ਕਦਮੀ ਕੀਤੀ ਹੈ ਤਾਂ ਇਹ ਇਸ ਦਾ ਅਸਰ ਭਾਰਤ ਸਰਕਾਰ ਤੇ ਪਿਆ। ਉਸਦਾ ਪਤਾ ਅੱਜ ਕੇਂਦਰ ਸਰਕਾਰ ਵੱਲੋਂ ਦਿੱਤੇ ਬਿਆਨ ਤੋਂ ਲੱਗਦਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਤੇ ਹਰਿਆਣਾ ਦੋਵਾਂ ਦੇ ਮੁੱਖ ਮੰਤਰੀਆਂ ਨੂੰ ਬੈਠ ਕੇ ਇਸ ਮਸਲੇ ਨੂੰ ਨਿਬੇੜਨ ਲਈ ਜਿਹੜਾ ਹੈ ਉਹ ਦਬਾਅ ਪਾਉਣਗੇ। ਇਸ ਦੇ ਬਾਰੇ ਆਉਣ ਵਾਲੇ ਦਿਨਾਂ ਚ ਮੀਟਿੰਗ ਰੱਖੀ ਗਈ ਹੈ। ਸੋ ਇਹ ਓਨਟਾਰੀਓ ਸੂਬੇ ਦੇ ਵਿੱਚ ਜੋ ਸਟੇਟ ਅਸੈਂਬਲੀ ਦੇ ਵਿੱਚ ਮਤਾ ਪਾਸ ਕੀਤਾ ਗਿਆ ਹੋਇਆ ਉਹਦਾ ਵੀ ਅਸਰ ਹੈ। ਅਸੀਂ ਦੇਖਦੇ ਹਾਂ ਤੇ ਸਿੱਖਸ ਫਾਰ ਜਸਟਿਸ ਦੇ ਜਿਹੜੇ ਚਲਾਉਣ ਵਾਲੇ ਨੇ, ਰਾਹਨੁਮਾ ਨੇ ਗੁਰਪਤਵੰਤ ਸਿੰਘ ਪੰਨੂ ਐਡਵੋਕੇਟ, ਉਹਨਾਂ ਵੱਲੋਂ ਕੀਤੀ ਪੇਸ਼ਕਦਮੀ ਦਾ ਵੀ ਅਸਰ ਹੈ ਤੇ ਓਨਟਾਰੀਓ ਸੂਬੇ ਦੇ ਵਿੱਚ ਪੇਸ਼ ਹੋਣ ਵਾਲਾ ਜਿਹੜਾ ਮਤਾ ਸਿੱਖ ਨਸਲਕੁਸ਼ੀ ਬਾਰੇ ਉਹਦਾ ਵੀ ਅਸੀਂ ਅਸਰ ਦੇਖ ਸਕਦੇ ਹਾਂ। ਸੋ ਸਿੱਖਾਂ ਵੱਲੋਂ ਆਪਣੇ ਧਰਮ ਨੂੰ, ਇਤਿਹਾਸ ਨੂੰ ਤੇ ਰਵਾਇਤਾਂ ਬਾਰੇ ਇੱਕ ਤਰਕਸ਼ੀਲ ਹੋਣ, ਤਰਕਸ਼ੀਲ ਤੋਂ ਹਟ ਕੇ ਤੇਜ਼ ਗਤੀ ਦੇ ਵਿੱਚ, ਸਿੱਖ ਤਰਕਸ਼ੀਲ ਘੱਟ ਹੁੰਦੇ ਨੇ, ਉਹਨਾਂ ਨੂੰ ਆਪਣੇ ਆਪ ਤੇ ਜ਼ਿਆਦਾ ਭਰੋਸਾ ਹੁੰਦਾ, ਤਰਕ ਤੇ ਭਰੋਸਾ ਨਹੀਂ ਹੁੰਦਾ, ਉਹ ਜੋੜ ਘਟਾਓ ਦੇ ਵਿੱਚ ਨਹੀਂ ਪੈਂਦੇ ਹੈਗੇ। ਉਹਨਾਂ ਨੂੰ ਗੁਰੂ ਤੇ ਜਦੋਂ ਭਰੋਸਾ ਜਾਗ ਪਏ ਫਿਰ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਜੰਮਿਆ ਹੈਗਾ, ਬਸ ਭਰੋਸੇ ਦੀ ਗੱਲ ਹੈ। ਤੇ ਉਸ ਸੰਵੇਗਸ਼ੀਲ ਜਿਹੜਾ ਭਰੋਸਾ ਉਹਦਾ ਹੋਣਾ ਤੇ ਧਰਮ ਤੇ ਰਾਜਨੀਤੀ ਨੂੰ ਇਕੱਠਾ ਸਮਝਣਾ ਤੇ ਆਪਣੀ ਵੱਖਰੀ ਹਸਤੀ ਨੂੰ ਬਚਾ ਕੇ ਰੱਖਣ ਦਾ ਜਿਹੜਾ ਅਹਿਸਾਸ ਹੈ ਉਹ ਪੱਲੇ ਬੰਨ ਕੇ ਚੱਲਣਾ ਇੱਕ ਵਧੀਆ ਗੱਲ ਹੈ। ਪਰ ਇਹ ਅਸੀਂ ਦੇਖਦੇ ਹਾਂ ਕਿ ਜਦੋਂ ਤੱਕ ਪ੍ਰੈਸ਼ਰ ਨਹੀਂ ਪੈਂਦਾ, ਪ੍ਰੈਸ਼ਰ ਬਣਦਾ ਨਹੀਂ, ਜਦੋਂ ਤੱਕ ਉਹਨੂੰ ਮੋਢੇ ਤੋਂ ਫੜ ਕੇ ਅਸੀਂ ਹਲੂਣੀਏ ਨਾ ਸਿੱਖ ਨੂੰ ਕਿ ਭਾਈ ਜਾਗ, ਤੇਰੇ ਨਾਲ ਇਹ ਹੋ ਰਿਹਾ, ਜਾਗ ਉੱਠ, ਉਦੋਂ ਤੱਕ ਉਹ ਇਸ ਤਰ੍ਹਾਂ ਨਹੀਂ ਕਰਦਾ ਹੈਗਾ। ਜਾਗਦਾ, ਅਸਰ ਅਸੀਂ ਦੇਖਦੇ ਹਾਂ ਸਾਡੇ ਆਲੇ ਦੁਆਲੇ, ਮੈਂ ਮਹਿਸੂਸ ਕਰਦਾ, ਤੁਸੀਂ ਆਪਣੇ ਆਲੇ ਦੁਆਲੇ ਮਹਿਸੂਸ ਕਰਦੇ, ਪਰ ਉਹਦੇ ਤੇ ਹੋਰ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ, ਹੋਰ ਸਾਨੂੰ ਕੰਮ ਕਰਨ ਦੀ ਲੋੜ ਹੈ, ਸਾਨੂੰ ਜਾਗਣਾ ਪਏਗਾ, ਸਾਨੂੰ ਅੱਗੇ ਆਉਣਾ ਪਏਗਾ, ਸਾਨੂੰ ਆਪਣੀ ਜਿੱਥੇ ਕੁਰਸੀ ਹੈ, ਜਿੱਥੇ ਅਸੀਂ ਕੰਮ ਕਰਦੇ ਹਾਂ, ਜਿੱਥੇ ਬੈਠਦੇ ਹਾਂ ਅਸੀਂ, ਸਾਨੂੰ ਆਪਣੇ ਨਾਲ ਦੇ ਨਾਲ ਵੀਰ ਭਾਈ ਕਹਿ ਕੇ ਉਹਨੂੰ ਮਨਾਉਣਾ ਪਏਗਾ, ਦੱਸਣਾ ਪਏਗਾ ਕਿ ਤੂੰ ਸੁੱਤਾ ਹੋਇਆ ਜਾਗ ਪੈ, ਨਹੀਂ ਤਾਂ ਤੇਰੇ ਬੱਚੇ ਇਸ ਤਰ੍ਹਾਂ ਫਿਰਨਗੇ ਜਿਵੇਂ ਤੁਸੀਂ ਦੇਖਦੇ ਹੋ ਦੂਜੇ ਬੱਚਿਆਂ ਨੂੰ। ਸੋ ਜਿੱਥੇ ਤੁਸੀਂ ਡਰਾਈਵਰੀ ਕਰ ਰਹੇ ਹੋ, ਜਿੱਥੇ ਤੁਸੀਂ ਕਿਸੇ ਹੋਟਲ ਦੇ ਵਿੱਚ ਢਾਬੇ ਦੇ ਵਿੱਚ ਕੰਮ ਕਰਦੇ ਹੋ, ਜਿੱਥੇ ਤੁਸੀਂ ਇੰਜੀਨੀਅਰਿੰਗ ਕਰਦੇ ਹੋ ਜਾਂ ਕਿਤੇ ਡਾਕਟਰ ਹੋ ਤੁਸੀਂ, ਉੱਥੇ ਤੁਹਾਨੂੰ ਉਸ ਤਰੀਕੇ ਦੇ ਨਾਲ ਵਰਕ ਕਰਨਾ ਪਊਗਾ। ਜਿੱਥੇ ਤੁਸੀਂ ਆਪਣੀ ਵਿਚਾਰਧਾਰਾ ਨੂੰ ਲੈ ਕੇ ਚੱਲ ਰਹੇ ਹੋ, ਜਿੱਥੇ ਸਿੱਖ ਵਿਚਾਰਧਾਰਾ ਜੀ ਰਹੀ ਹੈ, ਵਹਿ ਰਹੀ ਹੈ ਇੱਕ ਝਰਨੇ ਵਾਂਗੂ, ਉੱਥੇ ਫਿਰ ਤੁਸੀਂ ਮਹਿਸੂਸ ਕਰ ਸਕਦੇ ਹੋ ਗੁਰੂ ਦੀ ਕਿਰਪਾ। ਸੋ ਇੱਕ ਜਿਹੜੇ ਹਿੰਦੂਆਂ ਦੀਆਂ ਅਮੀਰ ਜਾਤੀਆਂ ਨੇ, ਜਿਹੜੀਆਂ ਬ੍ਰਾਹਮਣ ਜਾਤੀ ਹੈ ਜਾਂ ਹੋਰ ਜਿਹੜੀਆਂ ਅਮੀਰ ਜਾਤੀਆਂ ਨੇ, ਉਹ ਜਿਹੜਾ ਗਰੁੱਪ ਹੈ ਉਹ ਸ਼ੁਰੂ ਤੋਂ ਹੀ ਸਿੱਖਾਂ ਦੀ ਜਿਹੜੀ ਵੱਖਰੀ ਨਿਆਰੇਪਣ ਦੀ ਜਿਹੜੀ ਭਾਵਨਾ ਨਾ ਉਸਨੂੰ ਦੁਸ਼ਮਣ ਦੀ ਦ੍ਰਿਸ਼ਟੀ ਨਾਲ ਦੇਖਦਾ ਆ ਰਿਹਾ ਤੇ ਇਹਦੇ ਵਿਰੁੱਧ ਸਮਾਂ ਤੇ ਸਥਾਨ ਤਾਂ ਬਦਲ ਜਾਂਦਾ, ਸਮੇਂ ਤੇ ਸਥਾਨ ਦੇ ਮੁਤਾਬਿਕ ਆਪਣਾ ਜਿਹੜਾ ਉਹ ਪ੍ਰਤੀਕਰਮ ਜਿਹੜਾ ਹੈ ਬੋਲ ਕੇ ਨਹੀਂ ਪ੍ਰਗਟ ਕਰਦਾ, ਉਹ ਆਪਣੇ ਤੌਰ ਦੇ ਉੱਤੇ ਵੱਖਰੇ ਤਰੀਕੇ ਨਾਲ ਪ੍ਰਗਟ ਕਰਦਾ। ਉਹ ਜਿਹੜਾ ਉਹਦਾ ਪ੍ਰਤੀਕਰਮ ਹੈ ਨਾ ਦੁਸ਼ਮਣੀ ਵਾਲਾ, ਜਦੋਂ ਅਸੀਂ ਉਹ ਸਮਝ ਜਾਵਾਂਗੇ ਫਿਰ ਸਾਨੂੰ ਕੋਈ ਹਰਾ ਨਹੀਂ ਸਕਦਾ, ਫਿਰ ਸਾਨੂੰ ਕੋਈ ਮਾਰ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਜੀ ਜਦੋਂ ਨਾਂਦੇੜ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਖਾਲਸੇ ਦਾ ਗੁਰੂ ਬਣਾ ਕੇ ਜਾਂਦੇ ਨੇ ਤਾਂ ਉਹਦੇ ਚ ਅਸੀਂ ਦੇਖਦੇ ਹਾਂ ਕਿ ਉਹ ਇੱਕ ਗੱਲ ਹੋਰ ਕਹਿੰਦੇ ਨੇ ਸਾਨੂੰ, ਉਹ ਕਹਿੰਦੇ ਨੇ ਕਿ ਹੁਕਮ ਦਿੰਦੇ ਨੇ ਕਿ ਰਾਜਨੀਤੀ ਬਾਰੇ ਜਾਣਕਾਰੀ ਰੱਖਣੀ, ਉਹ ਸਾਨੂੰ ਰਾਜਨੀਤੀ ਬਾਰੇ ਜਾਣਕਾਰੀ ਰੱਖਣ ਦੇ ਲਈ ਹੁਕਮ ਕਰਦੇ ਨੇ। ਸੋ ਇਹ ਅਸੀਂ ਤਾਂ ਹੀ ਸਮਝ ਸਕਦੇ ਹਾਂ ਜੇ ਅਸੀਂ ਰਾਜਨੀਤੀ ਬਾਰੇ ਜਾਣਾਂਗੇ। ਪਰ ਹਿੰਦੂ ਜਿਹੜੀਆਂ ਉੱਚ ਜਾਤੀਆਂ ਨੇ ਉਹਨਾਂ ਦੇ ਗਰੁੱਪਾਂ ਦੇ ਇਸ ਜੋ ਉਹਨਾਂ ਦਾ ਉਹ
ਇਸ ਤਰ੍ਹਾਂ ਦਾ ਉਹਨਾਂ ਦਾ ਵਿਹਾਰ ਹੈ ਉਹਦੇ ਸੁਭਾਅ ਦੇ ਨਾਲ ਧਰਮ ਨਿਰਪੱਖ ਰਾਸ਼ਟਰਵਾਦ ਦੀ ਜਿਹੜੀ ਵਿਚਾਰਧਾਰਾ ਦੇ ਮੁਰੀਦ ਨੇ ਕੁਛ ਸਿੱਖ ਵੱਡੀ ਗਿਣਤੀ ਨੇ ਜਿੰਨੇ ਕਾਂਗਰਸ ਦੇ ਨਾਲ ਜੁੜੇ ਹੋਏ ਨੇ ਸਿੱਖ ਜਾਂ ਅਸੀਂ ਦੇਖਦੇ ਹਾਂ ਕਿ ਬਾਦਲ ਨਾਲ ਜੁੜੇ ਹੋਏ ਨੇ ਸਿੱਖ ਉਹ ਧਰਮ ਨਿਰਪੱਖ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਮੁਰੀਦ ਨੇ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਮੁਰੀਦ ਉਹਨਾਂ ਦਾ ਜਿਹੜਾ ਅਸੀਂ ਦੇਖਦੇ ਹਾਂ ਕਿ ਉਹ ਅਣਜਾਣੇ ਪੁਣੇ ਵਿੱਚ ਵੀ ਜਾਣ ਬੁੱਝ ਕੇ ਸਿੱਖ ਵਿਰੋਧੀ ਪੈਂਟ ਦਾ ਅਸੀਂ ਲੈਂਦੇ ਦੇਖੇ ਨੇ ਬਾਦਲ ਵਰਗੇ ਬਾਦਲ ਮੱਕੜ ਬਡੂੰਗਰ ਲੈ ਰਿਹਾ ਹੁਣ ਇਹ ਸਾਰੇ ਪੱਖਾਂ ਤੋਂ ਅਸੀਂ ਦੇਖਦੇ ਹਾਂ ਕਿ ਬਹੁਤ ਖਤਰਨਾਕ ਜਿਹੜੀ ਹੈ ਵਿਚਾਰਧਾਰਾ ਇਹ ਬਹੁਤ ਖਤਰਨਾਕ ਗੱਲ ਹੈ ਤੇ ਇਹਦੇ ਬਾਰੇ ਸਾਨੂੰ ਮਤਲਬ ਬਹੁਤ ਧਿਆਨ ਦੇਣਾ ਬਣਦਾ ਇਹਦੇ ਬਾਰੇ ਸਾਨੂੰ ਗੱਲ ਕਰਨੀ ਚਾਹੀਦੀ ਹੈ ਕਿ ਜਦੋਂ ਤੱਕ ਅਸੀਂ ਇਸ ਦੇ ਬਾਰੇ ਵਿਚਾਰ ਨਹੀਂ ਕਰਾਂਗੇ ਜਦੋਂ ਤੱਕ ਅਸੀਂ ਇਸ ਦੇ ਬਾਰੇ ਚਰਚਾ ਨਹੀਂ ਕਰਾਂਗੇ ਉਦੋਂ ਤੱਕ ਇਹ ਜਿਹੜੀ ਗੱਲ ਹੈ ਉਹ ਸਾਡੇ ਇਸੇ ਤਰੀਕੇ ਨਾਲ ਰਹੂਗੀ ਸੋ ਬਾਈ ਇੱਕ ਕਾਲਰ ਨੇ ਗੱਲ ਕਰਨੀ ਚਾਹੁੰਦੇ ਨੇ 2728 ਉਹਨਾਂ ਦਾ ਨੰਬਰ ਹੈ ਜੀ ਪਿੱਛੇ 2728 ਦੇਖਦੇ ਹਾਂ ਵੀਰ ਕੀ ਗੱਲ ਕਰਦੇ ਨੇ ਹੈਲੋ ਸੁਰਿੰਦਰ ਸਿੰਘ ਜੀ ਤੁਹਾਨੂੰ ਤੇ ਸਾਰੇ ਸਤਿਕਾਰਯੋਗ ਸ਼ਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਆ ਰਹੀ ਹੈ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਹਾਂਜੀ ਹਾਂਜੀ ਆ ਰਹੀ ਹੈ ਜੀ ਆ ਰਹੀ ਹੈ ਹਾਂਜੀ ਸੁਰਿੰਦਰ ਸਿੰਘ ਜੀ ਮੈਂ ਪ੍ਰੋਗਰਾਮ ਸ਼ੁਰੂ ਤੋਂ ਤਾਂ ਨੀ ਮੈਂ ਸੁਣਿਆ ਹੁਣੇ ਹੀ ਉਹਨਾਂ ਨੇ ਕੀਤਾ ਸੀਗਾ ਦੋ ਚਾਰ ਮਿੰਟ ਪਹਿਲਾਂ ਮੈਂ ਇੱਕ ਦੋ ਇਨਫੋਰਮੇਸ਼ਨ ਦੇਣੀ ਚਾਹੁੰਦਾ ਸੀਗਾ ਬਈ ਇੱਕ ਤਾਂ ਸ਼ਰੋਤਿਆਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਬਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਆਖਿਆ ਹਿੰਦੀ ਦੇ ਵਿੱਚ ਉਹ ਵਿਸਾਖੀ ਵਾਲੇ ਦਿਨ ਖਾਲਸਾ ਸਾਜਨਾ ਦਿਵਸ ਤੇ 14 ਤਰੀਕ ਨੂੰ ਉਹ ਸ਼ੁਰੂ ਹੋਣ ਜਾ ਰਹੀ ਆ ਸੋ 5 ਦਿਨ ਰਹੇਗੀ ਮੰਡੇ ਟੂ ਫਰਾਈਡੇ ਤਾਂ ਜਿਹੜਾ 6ਵਾਂ ਦਿਨ ਹੋਏਗਾ ਐਤਵਾਰ ਦਾ ਉਹਦੇ ਵਿੱਚ ਸਵਾਲਾਂ ਦੇ ਜਵਾਬ ਦਿੱਤੇ ਜਾਇਆ ਕਰਨਗੇ ਸੋ ਇਹ ਸਾਰੇ ਸ਼ਰੋਤੇ ਜਿਹੜੇ ਨੋਟ ਕਰ ਲੈਣ ਤੇ ਦੂਸਰਾ ਵਿਸਾਖੀ ਦੇ ਦਿਹਾੜੇ ਦੇ ਉੱਤੇ ਰੇਡੀਓ ਵਾਇਸ ਆਫ ਖਾਲਸਾ ਦੀ ਟੀਮ ਨੇ ਜਿਹੜਾ 3 ਦਿਨ ਦਾ ਪ੍ਰੋਗਰਾਮ ਅਲੀਕਿਆ ਉਹ ਕੱਲ ਨੂੰ ਸਟਾਰਟ ਹੋ ਰਿਹਾ ਜੀ ਸਵੇਰੇ 8 ਵਜੇ ਰੈਗੂਲਰ ਪ੍ਰੋਗਰਾਮ ਜਿਹੜੇ ਲਾਈਵ ਹੁੰਦੇ ਨੇ ਪਹਿਲਾ ਮਿੰਟੂ ਗੁਰਸਰੀਏ ਦਾ ਉਹ ਸਟਾਰਟ ਹੁੰਦਾ ਸਵੇਰੇ ਸੋ ਸਾਰੇ ਵੀਰ ਭੈਣ ਭਰਾ ਜਿਹੜੇ ਉਹ ਸੁਣਨਾ ਨਾ ਭੁੱਲਣ ਬਈ ਪ੍ਰੋਗਰਾਮ ਜਿਹੜੇ ਆ ਉਹ 3 ਦਿਨ ਕੰਟੀਨਿਊ ਚੱਲਣਗੇ ਅਲੱਗ ਅਲੱਗ ਵਿਸ਼ੇ ਅਲੱਗ ਅਲੱਗ ਵਿਦਵਾਨ ਜਿਹੜੇ ਆਲਰੇਡੀ ਲਾਈਨ ਅਪ ਹੋ ਚੁੱਕੇ ਨੇ ਸੋ ਇਹ ਬਸ ਬੇਨਤੀ ਕਰਨੀ ਸੀਗੀ ਸਰੋਤਿਆਂ ਦੇ ਸੋ ਧੰਨਵਾਦ ਤੁਹਾਡਾ ਸੁਰਿੰਦਰ ਸਿੰਘ ਜੀ ਟਾਈਮ ਦੇਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਵੀ ਆਪਣੇ ਸਰੋਤਿਆਂ ਨੂੰ ਜਾਣਕਾਰੀ ਦੇ ਦਿਆਂ ਕਿ ਵਿਸਾਖੀ ਖਾਲਸਾ ਸਿਰਜਣਾ ਦੇ ਉੱਤੇ ਸੰਬੰਧ ਦੇ ਵਿੱਚ 3 ਦਿਨਾਂ ਦਾ ਪ੍ਰੋਗਰਾਮ ਜਿਹੜਾ ਹੈ ਉਹ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਜੀ ਉਸ ਦੇ ਵਿੱਚ ਮੈਂ ਵੀ ਵੱਖ ਵੱਖ ਜਿਹੜੇ ਮਹਿਮਾਨ ਨੇ ਉੱਚ ਕੋਟੀ ਦੇ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ ਇਹਨਾਂ ਪ੍ਰੋਗਰਾਮ ਦੇ ਜ਼ਰੀਏ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਇੱਕ ਦੱਸਦੇ ਹਾਂ ਤੁਹਾਨੂੰ ਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਦੁਖੀਆ ਪਰਿਵਾਰ ਵਰਨਨ ਕੈਨੇਡਾ ਤੋਂ ਉਹਨਾਂ ਵੱਲੋਂ ਸਪੋਂਸਰ ਕੀਤਾ ਗਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰੀਕੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਉਹ ਹੱਕ ਸੱਚ ਦੀ ਆਵਾਜ਼ ਰੇਡੀਓ ਵਾਇਸ ਆਫ ਖਾਲਸਾ ਦਾ ਸਾਥ ਦਿੰਦੇ ਰਹਿਣ ਬਹੁਤ ਉਹਨਾਂ ਦਾ ਧੰਨਵਾਦ ਸੋ ਅਗਲੇ ਜਿਹੜੇ ਸਾਡੇ ਕਾਲਰ ਨੇ ਜੀ ਉਹਨਾਂ ਦਾ ਨੰਬਰ ਹੈ 9360 ਦੇਖਦੇ ਹਾਂ ਉਹ ਸੱਜਣ ਕੀ ਗੱਲ ਕਰਦੇ ਨੇ ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਿੰਦਰ ਸਿੰਘ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਹਾਂਜੀ ਸਵਾਗਤ ਹੈ ਵੀਰ ਜੀ ਕੀ ਨਾਮ ਹੈ ਜੀ ਕਿੱਥੋਂ ਬੋਲ ਰਹੇ ਹੋ ਜੀ ਮੇਰਾ ਨਾਮ ਬਿਕਰਮਜੀਤ ਸਿੰਘ ਹੈ ਮੈਂ ਕੈਲੀਫੋਰਨੀਆ ਲਾਸ ਏਂਜਲਸ ਤੋਂ ਬੋਲ ਰਿਹਾ ਜੀ ਹਾਂਜੀ ਬਿਕਰਮਜੀਤ ਜੀ ਸਵਾਗਤ ਹੈ ਤੁਹਾਡਾ ਹਾਂਜੀ ਕੀ ਵਿਚਾਰ ਨੇ ਜੀ ਤੁਹਾਡੇ ਪਹਿਲੀ ਦੀ ਗੱਲ ਤੁਹਾਡਾ ਪ੍ਰੋਗਰਾਮ ਬਹੁਤ ਹੀ ਸੋਹਣਾ ਆ ਤੁਸੀਂ ਬਹੁਤ ਵਧੀਆ ਮੁੱਦੇ ਸਿੱਖ ਧਰਮ ਬਾਰੇ ਤੇ ਆਪਣੇ ਸਿੱਖੀ ਬਾਰੇ ਲੈ ਕੇ ਆਉਂਦੇ ਹੋ ਤੇ ਜਾਗਰੂਕ ਕਰਦੇ ਹੋ ਸਾਰੇ ਸਰੋਤਿਆਂ ਨੂੰ ਤੇ ਅੱਜ ਦਾ ਵੀ ਜੋ ਤੁਹਾਡਾ ਵਿਸ਼ਾ ਹੈ ਕਿ ਕਿੱਦਾਂ ਸਾਡੇ ਉੱਪਰ ਹਮਲੇ ਹੋ ਰਹੇ ਆ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਤੇ ਅਸੀਂ ਆਪਸ ਵਿੱਚ ਹੀ ਉਲਝੇ ਹੋਏ ਹਾਂ ਇਸ ਵਕਤ ਸੋ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਸੀ ਕਿ ਜਿੱਦਾਂ ਹੁਣ ਆਪਣੇ ਪਿੱਛੇ ਜੇ ਕਿੰਨੇ ਵਿਵਾਦ ਚੱਲਿਆ ਸੀ ਸੰਤ ਢੱਡਰੀਆਂ ਵਾਲਿਆਂ ਦੇ ਵਿਚਕਾਰ ਤੇ ਹੋਰ ਸਿੱਖੀ ਧਿਰਾਂ ਦੇ ਵਿਚਕਾਰ
ਤੇ ਹੋਰ ਵੀ ਆਉਣ ਵਾਲੇ ਸਮੇਂ ਚ ਇਦਾਂ ਦੇ ਵਿਵਾਦ ਜਿਹੜੇ ਹੁੰਦੇ ਰਹਿਣਗੇ, ਕੋਈ ਸ਼ੱਕ ਨੀ ਹੈ, ਕੋਈ ਖਤਮ ਨੀ ਹੋਣ ਵਾਲੇ। ਪਰ ਦੂਜੇ ਪਾਸੇ ਦੇਖਿਆ ਜਾਵੇ ਤੇ ਅੱਜ ਕੱਲ ਜਿਹੜਾ ਬਾਲੀਵੁੱਡ ਆ ਉਹ ਬਹੁਤ ਸਾਰੀਆਂ ਸਿੱਖੀ ਉੱਤੇ ਬਹੁਤ ਸਾਰੀਆਂ ਫਿਲਮਾਂ ਬਣਾ ਰਿਹਾ ਆ, ਸੀਰੀਅਲ ਬਣਾ ਰਿਹਾ ਆ। ਪਰ ਸਾਡੇ ਕਿਸੇ ਵੀ ਅਥਾਰਟੀ ਦਾ ਜਾਂ ਕਿਸੇ ਵੀ ਆਗੂਆਂ ਦਾ ਉਸ ਚੀਜ਼ ਵੱਲ ਧਿਆਨ ਨਹੀਂ ਗਾ, ਉਹ ਆਪਣੀ ਹੀ ਮਰਜ਼ੀ ਦੇ ਨਾਲ ਆਪਣੇ ਹੀ ਲੈ ਦੇ ਵਿੱਚ ਜੋ ਮਰਜ਼ੀ ਬਣਾਈ ਜਾਂਦੇ ਆ। ਤੇ ਸਾਨੂੰ ਸਿੱਖਾਂ ਨੂੰ ਇੱਕ ਮੁਸਲਮਾਨ ਜਿਹੜੇ ਹੈਗੇ ਆ ਉਹਨਾਂ ਦਾ ਦੁਸ਼ਮਣ ਦੱਸਿਆ ਜਾ ਰਿਹਾ ਆ ਕਿ ਸਿੱਖ ਹਮੇਸ਼ਾ ਹੀ ਮੁਸਲਮਾਨਾਂ ਨਾਲ ਲੜਦੇ ਆ ਰਹੇ ਆ। ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਲੜਾਈਆਂ ਜਿਹਾ ਜੋ ਹਨ ਉਹ ਹਿੰਦੂ ਰਾਜਿਆਂ ਦੇ ਖਿਲਾਫ ਲੜੀਆਂ ਹਨ। ਤੇ ਸੋ ਕਹਿਣ ਦਾ ਮਤਲਬ ਕਿ ਸਿੱਖ ਕਿਸੇ ਵੀ ਧਰਮ ਦੇ ਵਿਰੋਧੀ ਨਹੀਂ ਹਨ, ਨਾ ਕਿਸੇ ਹੀ ਕਮਿਊਨਿਟੀ ਜਾਂ ਕਿਸੇ ਰੇਸ ਦੇ। ਸਿੱਖ ਇੱਕ ਸਿਰਫ ਇਨਸਾਨੀਅਤ ਦੇ ਵਾਸਤੇ ਲੜੇ ਆ ਤੇ ਇੱਕ ਜ਼ੁਲਮ ਦੇ ਵਾਸਤੇ ਲੜੇ ਆ। ਸੋ ਸਾਡੇ ਅਸੀਂ ਸਾਨੂੰ ਕੀ ਕਰਨਾ ਚਾਹੀਦਾ ਕਿ ਇਹ ਜਿਹੜੀਆਂ ਫਿਲਮਾਂ ਬਣਦੀਆਂ ਆ ਜਾਂ ਜੋ ਸਾਡਾ ਇਤਿਹਾਸ ਨੂੰ ਖਰਾਬ ਕੀਤਾ ਜਾ ਰਿਹਾ ਆ ਇਸ ਬਾਰੇ ਮਤਲਬ ਕਿ ਕੋਈ ਵੀ ਇਹਦੀ ਵਾਗਡੋਰ ਹੱਥ ਚ ਨਹੀਂ ਲੈ ਰਿਹਾ ਵੀ ਹਾਂ ਵੀ ਕੋਈ ਵੀ ਇਸ ਨੂੰ ਖਰਾਬ ਨਾ ਕਰੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕੀ ਸੋਚਣਗੇ ਵੀ ਹਾਂ ਵੀ ਸਿੱਖ ਜਿਹੜੇ ਆ ਉਹ ਹਿੰਦੂਆਂ ਦੇ ਨਾਲ ਹੀ ਆ, ਇਹ ਹਿੰਦੂ ਆ, ਇਹ ਸਿਰਫ ਭਾਰਤ ਵਾਸਤੇ ਹੀ ਸਾਰਾ ਕੁਛ ਕਰਦੇ ਰਹੇ ਆ ਜੋ ਕਿ ਸੱਚ ਨਹੀਂ ਹੈ। ਬਿਲਕੁਲ ਜੀ ਬਿਲਕੁਲ, ਇਹਦੇ ਚ ਦੇਖੋ ਜੋ ਵੀ ਇਹਨਾਂ ਨੇ ਇੰਨੇ ਸਾਲ ਤੋਂ ਕੀਤਾ ਸਾਰਾ ਕੁਛ, ਪਿਛਲੇ 32-33 ਸਾਲਾਂ ਤੋਂ ਕੀਤਾ ਬਿਕਰਮਜੀਤ ਸਿੰਘ ਜੀ, ਉਹ ਓਨਟਾਰੀਓ ਸੂਬੇ ਦੀ ਜਿਹੜੀ ਅਸੈਂਬਲੀ ਹੈ ਉਹਨੇ ਮੈਨੂੰ ਲੱਗਦਾ ਇੱਕ ਦਿਨ ਦੇ ਵਿੱਚ ਵੱਡਾ ਕਾਰਜ ਕਰ ਦਿੱਤਾ, ਤੇ ਅਜਿਹੇ ਕਾਰਜ ਵਿਸ਼ਵ ਪੱਧਰ ਦੇ ਉੱਤੇ ਹੋਰ ਵੀ ਕੀਤੇ ਜਾਣ ਦੀ ਲੋੜ ਹੈ। ਬਿਲਕੁਲ ਬਿਲਕੁਲ ਹਾਂਜੀ, ਉਹ ਵੀ ਬਹੁਤ ਵਧੀਆ ਸ਼ਲਾਘਾਯੋਗ ਕਾਰਜ ਹੈ ਜੋ ਉੱਥੇ ਮਤਾ ਪਾਸ ਹੋਇਆ ਆ, ਉਹਦਾ ਅਸਰ ਦਿਖ ਰਿਹਾ ਸਾਰੇ ਪਾਸੇ ਕਿ ਭਾਰਤ ਸਰਕਾਰ ਵੀ ਜਿਹੜੀ ਆ ਉਹ ਹੁਣ ਥੋੜਾ ਅੰਦਰੇ ਅੰਦਰ ਸੋਚੀ ਪਈ ਆ ਕਿ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਰੈਕਗਨੀਸ਼ਨ ਹੋ ਰਹੀ ਆ ਇਹਨਾਂ ਸਾਰਿਆਂ ਜੈਨੋਸਾਈਡਸ ਦੀ, ਤੇ ਆਉਣ ਵਾਲੇ ਸਮੇਂ ਦੇਖੋ। ਪਰ ਫਿਰ ਵੀ ਇੱਕ ਮੈਨੂੰ ਲੱਗਦਾ ਆ ਕਿ ਸਾਡੇ ਸਿੱਖ ਧਰਮ 'ਚ ਕੋਈ ਇੱਦਾਂ ਦੀ ਅਥਾਰਿਟੀ ਹੋਣੀ ਚਾਹੀਦੀ ਆ ਜਿਹੜੀ ਨਿਰਪੱਖ ਹੋ ਕੇ ਇਹਨਾਂ ਸਭ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਰੱਖੇ ਕਿ ਹਾਂ ਵੀ ਇਹ ਸਾਡੀ ਪਿੱਠ ਪਿੱਛੇ ਜੋ ਕੰਮ ਹੋਣ ਡੇ ਆ ਉਹਨਾਂ ਨੂੰ ਕੋਈ ਅੱਖ ਰੱਖ ਸਕੇ ਉਹਨਾਂ ਦੇ ਉੱਤੇ ਤੇ ਉਹਨਾਂ ਤੇ ਕੋਈ ਐਕਸ਼ਨ ਲੈ ਸਕੇ। ਹਾਂਜੀ ਬਿਲਕੁਲ, ਅਸੀਂ ਜ਼ਰੂਰ ਸਮੇਂ ਸਮੇਂ ਤੇ ਵੱਖ ਵੱਖ ਜਿਹੜੇ ਸਾਡੇ ਲੀਡਰ ਨੇ ਉਹਨਾਂ ਬਾਰੇ ਅਸੀਂ ਸੋਚ ਸਕਦੇ ਹਾਂ ਕਿ ਉਹ ਇਸ ਤਰੀਕੇ ਨਾਲ ਜੋ ਤੁਸੀਂ ਗੱਲ ਕਹਿ ਰਹੇ ਹੋ ਉਹਦੇ ਬਾਰੇ ਪੇਸ਼ਕਦਮੀ ਕਰਨ ਕੋਈ ਨਾ ਕੋਈ। ਸਾਡੇ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਮੈਂ ਆਪ ਨਿੱਜੀ ਤੌਰ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਉਣ ਲਈ ਗਿਆ ਸੀ, ਪਰ ਉਹ ਜਿਹੜੇ ਸਾਡੇ ਵਕੀਲ ਸਨ ਉਹਨਾਂ ਨੂੰ ਦਬਾ ਦਿੱਤਾ ਗਿਆ ਤੇ ਉਹਨਾਂ ਨੂੰ ਡਰਾ ਕੇ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਗਿਆ। ਤੇ ਮੇਰੇ ਵੱਲੋਂ ਲਗਾਤਾਰ ਕੋਸ਼ਿਸ਼ ਹੈ ਕਿ ਅਸੀਂ ਇਸ ਸੀਰੀਅਲ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਜੋ ਸੀਰੀਅਲ ਪੇਸ਼ ਕੀਤਾ ਜਾ ਰਿਹਾ ਉਸ ਦੇ ਉੱਤੇ ਰੋਕ ਲਾਈਏ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਾਮਯਾਬ। ਬਿਲਕੁਲ, ਸੋ ਆਉਣ ਵਾਲੇ ਦਿਨਾਂ ਚ ਅਸੀਂ ਕਰ ਦੇਵਾਂਗੇ ਇਸ ਤਰੀਕੇ ਨਾਲ। ਬਹੁਤ ਬਹੁਤ ਧੰਨਵਾਦ ਤੁਹਾਡਾ ਬਿਕਰਮਜੀਤ ਸਿੰਘ ਜੀ, ਤੁਸੀਂ ਜੁੜੇ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਧੰਨਵਾਦ। ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਬਿਕਰਮਜੀਤ ਸਿੰਘ ਹੋਰੀ, ਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਆਪਣੀ ਜਿਹੜੀ ਪ੍ਰੋਗਰਾਮ ਚ ਗੱਲਬਾਤ ਨੂੰ ਅੱਗੇ ਤੋਰ ਸਕੀਏ। ਸੋ ਮੈਨੂੰ ਲੱਗਦਾ ਕਿ ਓਨਟਾਰੀਓ ਸੂਬੇ ਵੱਲੋਂ ਜੋ ਸਿੱਖ ਨਸਲਕੁਸ਼ੀ ਬਾਰੇ ਮਤਾ ਪੇਸ਼ ਕੀਤਾ ਗਿਆ, ਜੋ ਸਿੱਖ ਕਤਲੇਆਮ 1984 ਦੇ ਵਿੱਚ, ਨਵੰਬਰ 1984 ਦੇ ਵਿੱਚ ਦਿੱਲੀ ਸਮੇਤ ਭਾਰਤ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਬਹੁ ਗਿਣਤੀ ਵੱਲੋਂ ਕੀਤਾ ਗਿਆ, ਤਾਂ ਉਸ ਨੂੰ ਇੱਕ ਨਸਲਕੁਸ਼ੀ ਕਰਾਰ ਦਿੱਤਾ ਗਿਆ। ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ, ਖੁਸ਼ੀ ਦੀ ਗੱਲ ਨਹੀਂ ਹੈਗੀ, ਵੱਡੀ ਗੱਲ ਹੈ, ਕਿਤੇ ਕੁਝ ਹੱਦ ਤੱਕ ਰਾਹਤ ਹੈ। ਸੋ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਦੁਖੀਆ ਪਰਿਵਾਰ ਵੱਲੋਂ ਵਰਨਨ, ਕੈਨੇਡਾ ਤੋਂ ਦੁਖੀਆ ਪਰਿਵਾਰ ਵੱਲੋਂ ਇਹ ਪ੍ਰੋਗਰਾਮ ਜਿਹੜਾ ਹੈ ਸਪੌਂਸਰ ਕੀਤਾ ਗਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢ ਕੇ ਇਹ ਪ੍ਰੋਗਰਾਮ ਸੁਣਦੇ ਹੋ, ਤੇ ਕੱਲ ਫੇਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਮੈਨੂੰ ਸੁਰਿੰਦਰ ਸਿੰਘ ਨੂੰ ਚੰਡੀਗੜ੍ਹ ਦੇ ਸਟੂਡੀਓ ਤੋਂ ਇਜਾਜ਼ਤ ਦਿਓ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।